ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਕਰਦੀ ਹਾਂ ਮੈਂ ਤੁਹਾਡਾ ਆਪਣੇ ਚੈਨਲ ਮੈਥ ਵਿਦ ਸੁਮਨ ਪ੍ਰੀਤ ਕੌਰ ਤੇ ਮੈਂ ਹਾਂ ਸੁਮਨ ਪ੍ਰੀਤ ਕੌਰ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਕਰਾਂਗੇ ਪੰਜਾਬੀ ਐਲੀਜੀਬਿਲਿਟੀ ਟੈਸਟ ਦਾ ਮੌਕ ਟੈਸਟ ਹਾਂਜੀ ਜਿਵੇਂ ਕਿ ਤੁਹਾਨੂੰ ਪਤਾ ਹੈ ਪੰਜਾਬ ਸਰਕਾਰ ਨੇ ਹਰੇਕ ਕੰਪੀਟੀਟਿਵ ਐਗਜ਼ਾਮ ਤੋਂ ਪਹਿਲਾਂ ਪੰਜਾਬੀ ਐਲੀਜੀਬਿਲਿਟੀ ਟੈਸਟ ਜ਼ਰੂਰੀ ਕਰ ਦਿੱਤਾ ਪੰਜਾਬੀ ਐਲੀਜੀਬਿਲਿਟੀ ਟੈਸਟ ਤੁਹਾਡਾ 50 ਨੰਬਰ ਦਾ ਹੋਵੇਗਾ ਜਿਸ ਦੇ ਵਿੱਚੋਂ ਜੇਕਰ ਤੁਸੀਂ 25 ਨੰਬਰ ਲੈਂਦੇ ਹੋ ਫਿਰ ਹੀ ਤੁਸੀਂ ਪੇਪਰ ਬੀ ਦੇ ਲਈ ਕੁਆਲੀਫਾਈ ਮੰਨੇ ਜਾਓਗੇ ਮੈਂ ਇਨ ਪੇਪਰ ਦੇ ਲਈ ਫੇਰ ਹੀ ਕੁਆਲੀਫਾਈ ਮੰਨੇ ਜਾਊਂਗੇ ਦਾ ਮਤਲਬ ਇਹ ਆ ਕਿ ਜੇਕਰ ਤੁਹਾਡੇ ਇਹਦੇ ਵਿੱਚੋਂ 25 ਨੰਬਰ ਆਉਂਦੇ ਆ ਫੇਰ ਹੀ ਤੁਹਾਡਾ ਵੀ ਪੇਪਰ ਚੈੱਕ ਹੋਵੇਗਾ ਨਹੀਂ ਉਹ ਚੈੱਕ ਵੀ ਨਹੀਂ ਹੋਵੇਗਾ ਠੀਕ ਹੈ ਕਿਉਂਕਿ ਇਹ ਹੀ ਕੁਆਲੀਫਾਈ ਟੈਸਟ ਆ ਤਾਂ ਜਿਹੜਾ ਇਹ ਪੇਪਰ ਮੌਕ ਟੈਸਟ ਮੈਂ ਤੁਹਾਡੇ ਲਈ ਲੈ ਕੇ ਆਈ ਆ ਪੀ ਟ੍ਰਿਪਲ ਐਸ ਵੀ ਵੱਲੋਂ 7 ਮਈ 2023 ਨੂੰ ਸupervisor ਦੇ ਪੇਪਰ ਤੋਂ ਪਹਿਲਾਂ ਲਿਆ ਗਿਆ ਵਾ ਠੀਕ ਹੈ ਇਸ ਕਰਕੇ ਪੀ ਟ੍ਰਿਪਲ ਐਸ ਵੀ ਦਾ ਹੀ ਬਣਾਇਆ ਹੋਇਆ ਇੱਕ ਪੇਪਰ ਤੁਹਾਨੂੰ ਐਜ਼ ਅ ਮੌਕ ਟੈਸਟ ਕਰਨ ਲਈ ਮਿਲ ਰਿਹਾ ਤੇ ਇਸ ਨੂੰ ਭੁੱਲ ਕੇ ਵੀ ਨਾ ਛੱਡਿਓ ਕਿਉਂਕਿ ਤੁਹਾਡੇ ਲਈ ਇਹ ਕਾਫੀ ਹੀ ਜ਼ਿਆਦਾ ਹੈਲਪਫੁਲ ਹੋਣ ਵਾਲਾ ਹੈ ਤਾਂ ਜ਼ਿਆਦਾ ਟਾਈਮ ਵੇਸਟ ਨਾ ਕਰਦੇ ਹੋਏ ਆਪਾਂ ਅੱਜ ਦੀ ਇਹ ਵੀਡੀਓ ਸਟਾਰਟ ਕਰਦੇ ਹਾਂ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜ਼ਰੂਰ ਕਰ ਦੇਣਾ ਤੇ ਲਾਸਟ ਤੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਣਾ ਕਿ ਤੁਹਾਡੇ ਸਮੌਕ ਟੈਸਟ ਦੇ ਵਿੱਚੋਂ ਕਿੰਨੇ ਨੰਬਰ ਆਏ ਹਾਂਜੀ ਸ਼ੁਰੂ ਕਰਦੇ ਆਂ ਆਪਾਂ ਸ਼ੁੱਧ ਸ਼ਬਦ ਦੱਸੋ ਹਾਂਜੀ ਇਹਦੇ ਵਿੱਚ ਤੁਸੀਂ ਦੇਖਣਾ ਵਾ ਕਿ ਕਿਹੜੇ ਸ਼ਬਦ ਨੂੰ ਸਹੀ ਢੰਗ ਨਾਲ ਲਿਖਿਆ ਗਿਆ ਜਦੋਂ ਅਸੀਂ ਦੇਖਦੇ ਆਂ ਤਾਂ ਮੈਨੂੰ ਪਤਾ ਲੱਗ ਰਿਹਾ ਕਿ ਉਹਨੇ ਸ਼ਿਕਾਇਤ ਪਾਉਣ ਦੀ ਕੋਸ਼ਿਸ਼ ਕੀਤੀ ਆ ਤੇ ਸ਼ਿਕਾਇਤ ਮੈਂ ਤੁਹਾਨੂੰ ਅੱਗੇ ਵੀ ਬਹੁਤ ਵਾਰ ਦੱਸਿਆ ਜਦੋਂ ਵੀ ਤੁਸੀਂ ਸ਼ਬਦ ਨੂੰ ਸ਼ੁੱਧ ਕਰਕੇ ਲਿਖਣਾ ਨਾ ਇੱਕ ਵਾਰੀ ਵਸ ਇਹ ਦੇਖ ਲਓ ਕਿ ਕੋਸ਼ਿਸ਼ ਕੀ ਪਾਉਣ ਦੀ ਕਰ ਰਿਹਾ ਉਹ ਤਾਂ ਪਤਾ ਲੱਗ ਰਿਹਾ ਕਿ ਸ਼ਿਕਾਇਤ ਪਾਉਣ ਦੀ ਕੀਤੀ ਆ ਤਾਂ ਉਹਨੂੰ ਆਪ ਲਿਖੋ ਜੋ ਤੁਸੀਂ ਆਪ ਲਈ ਆਪਸ਼ਨ ਦੇਖ ਕੇ ਤਾਂ ਤੁਸੀਂ ਹਮੇਸ਼ਾ ਪਜ਼ਲ ਹੋਵੋਗੇ ਜੋ ਤੁਸੀਂ ਆਪ ਲਿਖੋਗੇ ਤਾਂ ਤੁਹਾਨੂੰ ਪਤਾ ਲੱਗੇਗਾ ਕਿ ਹਾਂਜੀ ਇਹੇ ਸ਼ਬਦ ਦਾ ਜਿਹੜਾ ਸ਼ੁੱਧ ਹੋ ਸਕਦਾ ਵਾ ਤਾਂ ਰਾਈਟ ਐਗਜ਼ੈਕਟਲੀ ਤੁਸੀਂ ਉਹੀ ਆਪਸ਼ਨ ਲਗਾਉਗੇ ਜੋ ਸਹੀ ਹੋਊਗੀ ਲੇਕਿਨ ਸ਼ਿਕਾਇਤ ਤਾਂ ਆਪਸ਼ਨ ਨੰਬਰ ਇਥੇ ਸੀ ਰਾਈਟ ਆਨਸਰ ਹੈ ਸ਼ਿਕਾਇਤ ਹਾਂਜੀ ਨੈਕਸਟ ਹੈ ਹੇਠ ਲਿਖਿਆਂ ਵਿੱਚੋਂ ਵਿਸ਼ੇਸ਼ਣ ਦੱਸੋ ਹਾਂਜੀ ਇਹਨਾਂ ਦੇ ਵਿੱਚੋਂ ਦੇਖੋ ਕੋਈ ਇਸ ਕੋਈ ਤੁਸੀਂ ਸ਼ੁੱਧ ਕਰਕੇ ਨਹੀਂ ਦੱਸਣਾਗਾ ਵਿਸ਼ੇਸ਼ਣ ਦੱਸਨਾਵਾ ਵਿਸ਼ੇਸ਼ਣ ਦਾ ਮਤਲਬ ਕੀ ਹੁੰਦਾ ਜਿਹੜਾ ਕਿਸੇ ਚੀਜ਼ ਦੀ ਵੀ ਵਿਸ਼ੇਸ਼ਤਾ ਨੂੰ ਦਰਸਾਉਂਦਾ ਵਿਸ਼ੇਸ਼ਤਾ ਨੂੰ ਦਰਸਾਉਂਦਾ ਗੁਣਾ ਨੂੰ ਦਰਸਾਉਂਦਾ ਠੀਕ ਹੈ ਤਾਂ ਇਹਨਾਂ ਦੇ ਵਿੱਚ ਵਿਸ਼ੇਸ਼ਣ ਆ ਉਸਾਰੂ ਉਸਾਰੂ ਦਾ ਮਤਲਬ ਹੁੰਦਾ ਕਿਸੇ ਚੀਜ਼ ਦੀ ਸਿਰਜਣਾ ਕਰਨੀ ਠੀਕ ਹੈ ਉਸਾਰਨਾ ਉਤਸਰਜਿਤ ਕਰਨਾ ਤਾਂ ਆਪਸ਼ਨ ਨੰਬਰ ਇੱਥੇ ਸੀ ਰਾਈਟ ਆਨਸਰ ਹੈ ਉਸਾਰੂ ਨੈਕਸਟ ਹੈ ਦਾ ਨੂੰ ਨੇ ਆਧ ਸੰਬੰਧਕ ਦੀ ਕਿਹੜੀ ਕਿਸਮ ਹਾਂ ਹਾਂਜੀ ਕਿ ਸੰਬੰਧਕ ਦੀ ਕਿਸਮ ਦੱਸ ਰਹੇ ਹਾਂ ਅਸੀਂ ਸੰਬੰਧਕ ਦੀ ਕਿਸਮ ਉਹਨਾਂ ਨੇ ਤੁਹਾਨੂੰ ਪੁੱਛਿਆ ਦਾ ਨੂੰ ਨੇ ਆਧ ਸੰਬੰਧਕ ਦੀ ਕਿਹੜੀ ਕਿਸਮ ਹੈ ਤਾਂ ਇਹ ਸੰਬੰਧਕ ਦੀ ਕਿਸਮ ਆ ਜੀ ਪੂਰਨ ਸੰਬੰਧਕ ਆਪਸ਼ਨ ਨੰਬਰ ਡੀ ਇੱਥੇ ਰਾਈਟ ਆਨਸਰ ਹੈ ਸੰਬੰਧਕ ਦੋ ਤਰ੍ਹਾਂ ਦੇ ਹੁੰਦੇ ਆ ਪੂਰਨ ਸੰਬੰਧਕ ਅਤੇ ਆਪੂਰਨ ਸੰਬੰਧਕ ਠੀਕ ਹੈ ਪੂਰਨ ਸੰਬੰਧਕ ਆ ਜਿਹੜੀ ਇਹ ਹੈਗੇ ਆ ਦਾ ਨੂੰ ਨੇ ਇਹ ਕੀ ਕਰਦੇ ਆ ਇੱਕ ਦੋ ਸ਼ਬਦਾਂ ਦੇ ਵਿੱਚ ਜੋੜਨੀ ਦਾ ਕੰਮ ਕਰਦੇ ਆ ਜਾਂ ਵਾਕ ਨੂੰ ਇੱਕ ਬਾਗ ਦਾ ਦੂਸਰੇ ਸ਼ਬਦ ਦੇ ਬਾਗ ਦੇ ਨਾਲ ਰਿਲੇਸ਼ਨ ਦੱਸਦੇ ਆ ਉਹਨਾਂ ਨੂੰ ਅਸੀਂ ਸਬੰਧਕ ਬੋਲਦੇ ਆ ਜਿਹੜੇ ਦੋ ਬਾਕਾਂ ਨੂੰ ਜੋੜਨ ਦਾ ਕੰਮ ਕਰਦੇ ਹੋ ਯੋਜਕ ਹੁੰਦੇ ਆ ਠੀਕ ਹੈ ਪਰ ਜਿਹੜੇ ਬਾਗ ਦਾ ਸਬੰਧ ਅਗਲੇ ਬਾਗ ਨਾਲ ਦੱਸ ਦਿੰਦੇ ਆ ਜਿਵੇਂ ਇਹ ਪੈਨ RAM ਦਾ ਹੈ ਤਾਂ ਦਾ ਆ ਗਿਆ ਨਾ ਵਿੱਚ ਤਾਂ ਇਹ ਕੀ ਹੋ ਗਿਆ ਸਬੰਧਕ ਕਿਹਦਾ ਪੈਨ ਦਾ ਸਬੰਧ ਕਿਹੜੇ ਨਾਲ ਦੱਸਤਾ RAM ਨਾਲ ਦੱਸਤਾ ਕਿਹਨੇ ਦੱਸਿਆ ਦਾ ਨਹੀਂ ਤਾਂ ਦਾ ਕੀ ਹੋ ਗਿਆ ਸਬੰਧਕ ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ ਠੀਕ ਹੈ ਤੇ ਇਹ ਹੈਗਾ ਪੂਰਨ ਸਵੰਦਕ ਆਪਸ਼ਨ ਡੀ ਇੱਥੇ ਰਾਈਟ ਆਂਸਰ ਹੈ ਨੈਕਸਟ ਹੈ ਪੜਨਾਮ ਦੀਆਂ ਕਿੰਨੀਆਂ ਕਿਸਮਾਂ ਹਨ ਹਾਂਜੀ ਪੜਨਾਮ ਪੜਨਾਮ ਕਿੰਨੀ ਤਰ੍ਹਾਂ ਦੇ ਹੁੰਦੇ ਆ ਦੇਖੋ ਨਾਮ ਤੇ ਪੜਨਾਮ ਅਕਸਰ ਐਗਜ਼ਾਮ ਦੇ ਵਿੱਚ ਬਹੁਤ ਵਾਰ ਪੁੱਛੇ ਜਾਂਦੇ ਆ ਨਾਮ ਪੰਜ ਪ੍ਰਕਾਰ ਦੇ ਹੁੰਦੇ ਆ ਪੜਨਾਮ ਛੇ ਪ੍ਰਕਾਰ ਦੇ ਹੁੰਦੇ ਆ ਆਪਸ਼ਨ ਡੀ ਇੱਥੇ ਰਾਈਟ ਆਂਸਰ ਹੈ ਤੇ ਬਹੁਤ ਵਾਰ ਮੈਂ ਤੁਹਾਨੂੰ ਕਰਵਾਏ ਵੀ ਆ ਨਾਮ ਅਤੇ ਪੜਨਾਮ ਠੀਕ ਹੈ ਧਿਆਨ ਦੇ ਵਿੱਚ ਰੱਖਣਾ ਤੁਸੀਂ ਇਹ ਤੇ ਨੈਕਸਟ ਟਾਈਮ ਸੀਕਿਓ ਅਸੀਂ ਕਰਦੇ ਆ ਜੀ ਇਕਾਠਵਾਚਕ ਨਾਮ ਚੁਣੋ ਤੁਹਾਡਾ ਮੌਕ ਟੈਸਟ ਹੋ ਰਿਹਾ ਵਾ ਇਸ ਕਰਕੇ ਮੈਂ ਕੋਈ ਵੀ ਤੁਹਾਨੂੰ ਫੈਕਟ ਨਹੀਂ ਦੱਸ ਰਹੀ ਨਾਲ ਕਿਉਂਕਿ ਡਿਟੇਲ ਦੇ ਵਿੱਚ ਕਲਾਸਾਂ ਸਾਡੀਆਂ ਪਹਿਲਾਂ ਲੱਗ ਚੁੱਕੀਆਂ ਨੇ ਤੁਸੀਂ ਦੁਬਾਰਾ ਉਹਨਾਂ ਨੂੰ ਵੀ ਲਾ ਸਕਦੇ ਹੋ ਜੇਕਰ ਤੁਹਾਡਾ ਤੁਹਾਨੂੰ ਤੁਸੀਂ ਲੱਗ ਰਹੇ ਹੋ ਕਿ ਹੁਣ ਤੱਕ ਬਹੁਤ ਵੀਕ ਚੱਲ ਰਹੇ ਹੋ ਤਾਂ ਤੁਸੀਂ ਉਹਨਾਂ ਨੂੰ ਦੁਬਾਰਾ ਅਟੈਂਪਟ ਕਰ ਸਕਦੇ ਹੋ ਜੇਕਰ ਤੁਸੀਂ ਕਹਿੰਦੇ ਹੋ ਤਾਂ ਮੈਂ ਵੀ ਤੁਹਾਡੀਆਂ ਰਿਵੀਜ਼ਨ ਕਲਾਸਾਂ ਲਗਾ ਦਵਾਂਗੀ ਹਾਂਜੀ ਇਕਾਠਵਾਚਕ ਨਾਮ ਚੁਣੋ ਇਕਾਠਵਾਚਕ ਨਾਮ ਕਿਹੜਾ ਹੁੰਦਾ ਵਾ ਜਿੱਥੇ ਇਕੱਠ ਦੀ ਗੱਲ ਹੋਵੇ ਸਮੂਹ ਦੀ ਗੱਲ ਹੋਵੇ ਤਾਂ ਸਮੂਹ ਕਾਦੇ 'ਚ ਹੁੰਦਾ ਵਾ ਫੌਜ ਦੇ ਵਿੱਚ ਵੀ ਸਮੂ ਇਜ਼ੜ ਪੇਡਾਂ ਦਾ ਇਜ਼ੜ ਹੁੰਦਾ ਨਾ ਉਹਦੇ ਵਿੱਚ ਵੀ ਪੇਡਾਂ ਦਾ ਸਮੂਹ ਹੁੰਦਾ ਸਵਾ ਮੀਟਿੰਗ ਮੀਟਿੰਗ ਦੇ ਵਿੱਚ ਵੀ ਸਮੂਹੀ ਇਕੱਠਾ ਹੁੰਦਾ ਵਾ ਤਾਂ ਆਪਸ਼ਨ ਨੰਬਰ ਸੀ ਇੱਥੇ ਰਾਈਟ ਆਨਸਰ ਹੈ ਨੈਕਸਟ ਹੈ ਗੁਰਮੁਖੀ ਲਿਪੀ ਵਿੱਚ ਦੁੱਤ ਅੱਖਰ ਕਿਹੜੇ ਹਨ ਹਾਂਜੀ ਦੁੱਤ ਅੱਖਰ ਕਿਹੜੇ ਹੁੰਦੇ ਆ ਜਿਹੜੇ ਪੈਰ ਦੇ ਵਿੱਚ ਪਾਏ ਜਾਂਦੇ ਆ ਤੇ ਗੁਰਮੁਖੀ ਲਿਪੀ ਦੇ ਵਿੱਚ ਕਿਹੜੇ ਦੁੱਤ ਅੱਖਰ ਜਿਵੇਂ ਪ੍ਰੀਤੀ ਇੱਕ ਤਾਂ ਹੋ ਗਿਆ ਰਾ ਰਾ ਠੀਕ ਹੈ ਦੂਸਰਾ ਸਵੈ ਮਾਨ ਇੱਕ ਹੋ ਗਿਆ ਵਾ 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 ਪੈਰ ਚ ਪਿਆਣਾ ਤੇ ਇੱਕ ਹੋ ਗਿਆ ਪੜ ਮਤਲਬ ਕਿ ਹਾਂ ਹਾਂ ਤਾਂ ਇਹਦਾ ਮਤਲਬ ਤਿੰਨ ਅੱਖਰ ਆ ਕਿਹੜੇ ਆ ਦੋ ਤ ਅੱਖਰ ਜਿਹੜੇ ਪੈਰਾਂ ਚ ਪਾਏ ਜਾਂਦੇ ਇਹਨਾਂ ਤੋਂ ਬਿਨਾ ਹੋਰ ਕੋਈ ਵੀ ਨਹੀਂ ਗਾ ਰਾਰਾ ਵਾਵਾ ਹਾਂ ਹਾਂ ਆਪਸ਼ਨ ਸੀ ਚ ਪਈ ਆ ਨੈਕਸਟ ਹੈ ਜਿਹੜੀ ਭਾਸ਼ਾ ਵੱਖ-ਵੱਖ ਦੇਸ਼ਾਂ ਦੇ ਲੋਕਾਂ ਨੂੰ ਆਪਸ ਵਿੱਚ ਜੋੜਨ ਦਾ ਕਾਰਜ ਕਰਦੀ ਹੈ ਹਾਂਜੀ ਜਿਹੜੀ ਲੈਂਗੁਏਜ ਵੱਖ-ਵੱਖ ਦੇਸ਼ਾਂ ਦੇ ਲੋਕਾਂ ਨੂੰ ਆਪਸ ਵਿੱਚ ਜੋੜਨ ਦਾ ਕਾਰਜ ਕਰਦੀ ਆ ਉਸ ਨੂੰ ਕੀ ਕਹਿੰਦੇ ਆ ਦੇਖੋ ਜਦੋਂ ਅਸੀਂ ਇੱਕ ਪਿੰਡ ਦੇ ਵਿੱਚ ਰਹਿੰਦੇ ਆ ਠੀਕ ਹੈ ਜਾਇਕ ਰਾਜ ਦੇ ਵਿੱਚ ਰਹਨੇ ਆ ਚਲੋ ਪਿੰਡ ਵਾਲਿਆ ਤਾਂ ਬਹੁਤ ਮਤਲਬ ਮੈਂ ਲੋ ਲੈਵਲ ਤੇ ਆ ਗਈਆਂ ਚਲੋ ਲੋ ਲੈਵਲ ਦੀ ਵੀ ਗੱਲ ਨਹੀਂ ਜਿਵੇਂ ਹੁਣ ਆਪਾਂ ਮਾਲਵੇ ਚ ਆਉਨੇ ਆ ਮੈਂ ਮਾਲਵੇ ਚ ਆ ਰਹੀਆਂ ਜਿੱਨੇ ਅਸੀਂ ਮਾਲਵੇ ਚ ਆਉਨੇ ਆ ਅਸੀਂ ਸਾਰੇ ਇੱਕੋ ਜੀ ਬੋਲੀ ਬੋਲਾਂਗੇ ਠੀਕ ਹੈ ਜਿਹੜੇ ਮਾਝੇ ਚ ਆਉਂਦੇ ਆ ਉਹ ਥੋੜਾ ਜਿਆਦਾ ਸਵੀਟ ਸਵੀਟ ਬੋਲਦੇ ਆ ਜਿਵੇਂ ਲਿਖਦੇ ਆ ਉਦਾਂ ਹੀ ਬੋਲਦੇ ਆ ਠੀਕ ਹੈ ਤੇ ਜਿਹੜੇ ਜਿਵੇਂ ਆਪਾਂ ਦੁਆ ਚਲੋ ਆਪਾਂ ਇੰਨੀ ਡਿਟੇਲ ਦੇ ਵਿੱਚ ਨਹੀਂ ਜਾਣਾ ਮੈਂ ਤੁਹਾਨੂੰ ਮੇਨਲੀ ਦੱਸ ਦਿੰਨੀ ਆ ਜਿਵੇਂ ਪੰਜਾਬ ਆ ਠੀਕ ਹੈ ਪੰਜਾਬ ਦੀ ਸਟੇਟ ਲੈਂਗੁਏਜ ਕਿਹੜੀ ਆ ਪੰਜਾਬੀ ਆ ਆਪਾਂ ਸਾਰੇ ਪੰਜਾਬੀ ਬੋਲਦੇ ਆ ਉਸ ਤੋਂ ਬਾਅਦ ਇੰਡੀਆ ਦੀ ਕਿਹੜੀ ਆ ਅੰਤਰਰਾਸ਼ਟਰੀ ਜਿਹੜੀ ਸਾਡੀ ਰਾਸ਼ਟਰੀ ਲੈਂਗੁਏਜ ਆ ਉਹ ਕਿਹੜੀ ਆ ਹਿੰਦੀ ਆ ਠੀਕ ਹੈ ਪਰ ਜਦੋਂ ਅਸੀਂ ਕਿਸੇ ਬਾਹਰਲੇ ਸਟੇਟ ਦੇ ਨਾਲ ਕੋਈ ਗੱਲ ਕਰਨੀ ਹੁੰਦੀ ਆ ਜਾਂ ਆਪਾਂ ਵਪਾਰ ਚੱਲਦਾ ਵਾ ਆਪਣਾ ਬਾਹਰਲੇ ਦੇਸ਼ਾਂ ਨਾਲ ਰੂਸ ਨਾਲ ਚੱਲਦਾ ਵਾ ਯੂਏਈ ਨਾਲ ਚੱਲਦਾ ਅਮਰੀਕਾ ਨਾਲ ਚੱਲਦਾ ਠੀਕ ਹੈ ਸ਼੍ਰੀਲੰਕਾ ਦੇ ਨਾਲ ਵੀ ਚੱਲ ਰਿਹਾ ਤਾਂ ਉੱਥੇ ਕਿਹੜੀ ਲੈਂਗੁਏਜ ਯੂਜ਼ ਹੁੰਦੀ ਆ ਇੰਗਲਿਸ਼ ਆਪਣੀ ਅੰਤਰਰਾਸ਼ਟਰੀ ਲੈਂਗੁਏਜ ਕਿਹੜੀ ਆ ਇੰਗਲਿਸ਼ ਆ ਤਾਂ ਆਪਸ਼ਨ ਏ ਇੱਥੇ ਰਾਈਟ ਆਨਸਰ ਹੈ ਅੰਤਰਰਾਸ਼ਟਰੀ ਭਾਸ਼ਾ ਜਿਹੜੀ ਭਾਸ਼ਾ ਵੱਖ-ਵੱਖ ਦੇਸ਼ਾਂ ਦੇ ਲੋਕਾਂ ਨੂੰ ਆਪਸ ਵਿੱਚ ਜੋੜਨ ਦਾ ਕੰਮ ਕਰਦੀ ਹੈ ਨਾ ਉਹ ਕੀ ਹੁੰਦੀ ਆ ਅੰਤਰਰਾਸ਼ਟਰੀ ਭਾਸ਼ਾ ਹੁੰਦੀ ਆ ਜਿਵੇਂ ਹੁਣ ਆਪਣੇ ਲੋਕ ਆ ਕੈਨੇਡਾ ਨੂੰ ਜਾਂਦੇ ਆ ਪੰਜਾਬ ਤੋਂ ਉੱਥੇ ਜਾ ਕੇ ਪੰਜਾਬੀ ਤਾਂ ਬੋਲਣਗੇ ਨਹੀਂ ਜੇ ਗੋਰਿਆਂ ਨਾਲ ਗੱਲ ਕਰਨੀ ਆ ਇੰਟਰਵਿਊ ਤੇ ਗਈ ਆ ਤਾਂ ਕੀ ਬੋਲਣਗੇ ਇੰਗਲਿਸ਼ ਤਾਂ ਇੰਗਲਿਸ਼ ਕੀ ਆ ਅੰਤਰਰਾਸ਼ਟਰੀ ਭਾਸ਼ਾ ਕਿਉਂ ਕਿਉਂਕਿ ਉਹਨੇ ਕੀ ਕੀਤਾ ਦੇਸ਼ਾਂ ਦੇ ਲੋਕਾਂ ਨੂੰ ਆਪਸ ਵਿੱਚ ਜੋੜਨ ਦਾ ਕੰਮ ਕੀਤਾ ਠੀਕ ਹੈ ਨੈਕਸਟ ਹੈ ਬੋਲੀ ਨੂੰ ਲਿਖਦੇ ਸਮੇਂ ਜਿੰਨਾ ਚਿੰਨਾਂ ਦੀ ਵਰਤੋਂ ਕੀਤੀ ਜਾਂਦੀ ਹੈ ਉਹਨਾਂ ਨੂੰ ਕੀ ਕਿਹਾ ਜਾਂਦਾ ਹਾਂਜੀ ਬੋਲੀ ਨੂੰ ਜਦੋਂ ਆਪਾਂ ਲਿਖਦੇ ਆ ਤਾਂ ਜਿਹੜੇ ਚਿੰਨ੍ਹਾਂ ਦੀ ਵਰਤੋਂ ਹੁੰਦੀ ਆ ਉਹਨਾਂ ਨੂੰ ਕੀ ਬੋਲਦੇ ਆ ਬੋਲੀ ਨੂੰ ਲਿਖਣ ਦੇ ਲਈ ਜਿਹੜੇ ਚਿੰਨ੍ਹਾਂ ਦੀ ਵਰਤੋਂ ਹੁੰਦੀ ਆ ਉਹਨਾਂ ਨੂੰ ਬੋਲਦੇ ਆ ਜੀ ਲਿਪੀ ਆਪਸ਼ਨ ਬੀ ਇੱਥੇ ਰਾਈਟ ਆਨਸਰ ਹੈ ਨੈਕਸਟ ਹੈ ਫਾਰਸੀ ਪ੍ਰਭਾਵ ਅਧੀਨ ਕਿੰਨਾ ਅੱਖਰਾਂ ਹੇਠ ਬਿੰਦੀ ਲਾਈ ਜਾਂਦੀ ਹੈ ਹਾਂਜੀ ਇਹਨਾਂ ਦੇ ਵਿੱਚੋਂ ਕਿਹੜੇ ਅੱਖਰ ਆ ਜਿੰਨਾਂ ਹੇਠਾਂ ਬਿੰਦੀ ਲੱਗਦੀ ਆ ਤਾਂ ਤੁਸੀਂ ਬਿੰਦੀ ਵਾਲੇ ਫਾਰਸੀ ਅੱਖਰ ਕਿਹੜੇ ਲਈ ਆ ਸੀ ਛੇ ਲਈ ਆ ਕਿਹੜਾ ਸਸੇ ਪੈਰ ਬਿੰਦੀ ਖਖੇ ਪੈਰ ਬਿੰਦੀ ਠੀਕੇ ਗੱਗੇ ਪੈਰ ਵਿੰਦੀ ਜਿੱਜੇ ਪੈਰ ਵਿੰਦੀ ਹੋਰ ਕਿਹੜਾ ਫਫੇ ਪੈਰ ਵਿੰਦੀ ਤੇ ਇੱਕ ਹੈਗਾ ਲੱਲੇ ਪੈਰ ਵਿੰਦੀ ਇਹ ਸੇ ਅੱਖਰ ਆ ਜਿਹੜੇ ਫਾਰਸੀ ਤੋਂ ਅਸੀਂ ਆਪਣੀ ਭਾਸ਼ਾ ਦੇ ਵਿੱਚ ਐਡ ਕੀਤੇ ਆ ਤਾਂ ਇਹਦੇ ਵਿੱਚ ਉਹਨਾਂ ਨੇ ਇਹੀ ਪੁੱਛਿਆ ਕਿ ਫਾਰਸੀ ਪ੍ਰਭਾਵ ਅਧੀਨ ਕਿੰਨਾ ਅੱਖਰਾਂ ਵਿੱਚ ਲਿਖਿਆਂ ਵਿੱਚ ਬਿੰਦੀ ਲਾਈ ਜਾਂਦੀ ਹੈ ਤਾਂ ਕਿੰਨਾਂ ਦੇ ਵਿੱਚ ਲੱਗਦੀ ਆ ਦੇਖ ਲਓ ਤੱਤੇ ਦੇ ਵਿੱਚ ਲੱਗਦੀ ਆ ਨਹੀਂ ਠੀਕੇ ਇਹਦੇ ਵਿੱਚੋਂ ਤੱਦੇ ਦੇ ਵਿੱਚ ਲੱਗਦੀ ਆ ਨਹੀਂ ਠੀਕੇ ਇਹਦੇ ਵਿੱਚ ਕੀ ਆ ਸਾਰੇ ਅੱਖਰ ਪਈਆ ਜਿਨ੍ਹਾਂ ਦੇ ਵਿੱਚ ਲੱਗਦੀ ਆ ਆਪਸ਼ਨ ਸੀ ਇੱਥੇ ਰਾਈਟ ਆਨਸਰ ਹੈ ਬਟ ਇੱਥੇ ਨੰਨਾ ਦਿੱਤਾ ਹੋਇਆ ਤਾਂ ਨੰਨੇ ਦੇ ਵਿੱਚ ਵੀ ਨਹੀਂ ਲੱਗਦੀ ਗੀ ਹੁਣ ਇੰਨਾ ਅੱਖਰਾਂ ਦੀ ਲੋੜ ਕਿਉਂ ਪਈ ਦੇਖੋ ਇੱਕੋ ਹੀ ਐਗਜ਼ਾਮਪਲ ਮੈਂ ਤੁਹਾਨੂੰ ਦਿੰਨੀ ਹੁੰਨੀ ਆ ਤਾਂ ਜੋ ਤੁਸੀਂ ਕਲੀਅਰਲੀ ਸਮਝ ਜਾਵੋ ਇੱਕ ਮੈਂ ਲਿਖਿਆ ਬੋਲੀ ਤੇ ਇੱਕ ਮੈਂ ਲਿਖ ਦਿੰਨੀ ਆ ਬੋਲੀ ਹੀ ਲਿਖੂੰਗੀ ਪਰ ਨਾਲ ਮੈਂ ਲੱਲੇ ਦੇ ਪੈਰ 'ਚ ਬਿੰਦੀ ਪਾਉਂਗੀ ਕੀ ਫਰਕ ਇੰਨਾ ਚ ਬੋਲੀ ਦਾ ਮਤਲਬ ਕੀ ਆ ਮੈਂ ਤੁਹਾਡੇ ਨਾਲ ਗੱਲ ਕਰ ਰਹੀ ਆ ਮੈਂ ਬੋਲ ਰਹੀ ਆ ਮੈਂ ਕੋਈ ਬੋਲ ਚਾਲਾ ਠੀਕ ਹੈ ਬੋਲੀ ਆਪਣੀ ਠੀਕ ਹੈ ਮੇਰੀ ਬੋਲੀ ਆ ਜਿਵੇਂ ਮੈਂ ਬੋਲ ਰਹੀ ਆ ਬੋ ਆਹ ਜਿਹੜਾ ਬੱਬੇ ਦੇ ਲੱਲੇ ਦੇ ਪੈਰ 'ਚ ਮੈਂ ਬਿੰਦੀ ਪਾਤੀ ਨਾ ਇੱਕ ਹੀ ਬਣ ਗਿਆ ਬੋਲੀ ਬੋਲੀ ਕੀ ਹੁੰਦੀ ਹੈ ਜਿਹਨੂੰ ਕੰਨਾਂ ਤੋਂ ਨਾ ਸੁਣਦਾ ਹੋਵੇ ਮਤਲਬ मीनिंग ਚੇਂਜ ਹੋ ਗਏ ਨਾ ਤਾਂ ਇਸ ਤਰ੍ਹਾਂ ਦੇ ਸ਼ਬਦਾਂ ਦੀ ਸਾਨੂੰ ਲੋੜ ਪਈ ਸੀਗੀ ਪੰਜਾਬੀ ਦੇ ਵਿੱਚ ਲਿਆਉਣ ਦੀ ਇਸ ਕਰਕੇ ਅਸੀਂ ਫਾਰਸੀ ਤੋਂ ਅਡਾਪਟ ਕੀਤੇ ਸੀ ਇਹ ਨੈਕਸਟ ਹੈ ਹਾਂਜੀ ਆ ਗਿਆ ਸ਼ੁੱਧ ਦੱਸੋ ਸ਼ੁੱਧ ਦੱਸਣਾ ਇੱਥੇ ਤੁਸੀਂ ਦੱਸਣਾ ਕਿ ਕਿਹੜੇ ਸਪੈਲਿੰਗ ਆ ਜਿਹੜੇ ਸਹੀ ਪਾਏ ਹੋਏ ਆ ਤਾਂ ਹੀ ਹੈਗੇ ਆ ਜੀ ਸੋਮਵਾਰ ਸੋਮਵਰ ਪਾਉਣ ਦੀ ਕੋਸ਼ਿਸ਼ ਕੀਤੀ ਹੈ ਮੈਂ ਤੁਹਾਨੂੰ ਬਹੁਤ ਵਾਰ ਦੱਸਿਆ ਕਿ ਜਦੋਂ ਵੀ ਆਪਾਂ ਸ਼ੁੱਧ ਕਰਕੇ ਲਿਖਣਾ ਤਾਂ ਆਪਦੇ ਢੰਗ ਨਾਲ ਪਾਓ ਜਿਸ ਤਰ੍ਹਾਂ ਆਪਾਂ ਲਿਖਦੇ ਆਂ ਜੋ ਆਪਸ਼ਨਾਂ ਦੇਖਾਂਗੇ ਤਾਂ ਹਮੇਸ਼ਾ ਪਜ਼ਲ ਹੋਵਾਂਗੇ ਉਸ ਤੋਂ ਬਾਅਦ ਆਪਦੇ ਨਾਲ ਮੈਚ ਕਰੋ ਆਪਸ਼ਨ ਏ ਦੇ ਵਿੱਚ ਪਿਆਵਾ ਸੋਮਵਰ ਤਾਂ ਆਪਸ਼ਨ ਏ ਇੱਥੇ ਰਾਈਟ ਆਨਸਰ ਹੈ ਠੀਕ ਹੈ ਜਦੋਂ ਆਪਸ਼ਨਾਂ ਦੇਖਾਂਗੇ ਨਾ ਤਾਂ ਸਾਰੇ ਹੀ ਇਦਾਂ ਲੱਗੂਗਾ ਕਿ ਸੋਮਵਾਰ ਹੀ ਆ ਠੀਕ ਹੈ ਨੈਕਸਟ ਹੈ ਹਾਂਜੀ ਅੱਗੇ ਤੁਸੀਂ ਸ਼ੁੱਧ ਦੱਸਣਾ ਵਾ ਸ਼ੁੱਧ ਦੇ ਵਿੱਚ ਉਹਨੇ ਕੀ ਲਿਖਣ ਦੀ ਕੋਸ਼ਿਸ਼ ਕੀਤੀ ਆ ਮੇਨਾ ਲਿਖਣ ਦੀ ਉਹਨੇ ਕੋਸ਼ਿਸ਼ ਕੀਤੀ ਆ ਮੇਨਾ ਵੇ ਇੱਕ ਤੋਂ ਦੇਖੋ ਮੇਨਾ ਇੱਥੇ ਜਿਹੜੀ ਬੋਰਡ ਵੱਲੋਂ ਅਨਸਰ ਕੀ ਕੱਢੀ ਗਈ ਹੈ ਨਾ ਉਹਦੇ ਵਿੱਚ ਕੀ ਹੈ ਕਿ ਇਹਨਾਂ ਵਿੱਚੋਂ ਕੋਈ ਨਹੀਂ ਕਿਉਂ ਕਿ ਉਹਨਾਂ ਨੇ ਆਪਸ਼ਨ ਏ ਦੇ ਵਿੱਚ ਲਿਖਿਆ ਹੋਇਆ ਮੇਨਾ ਇਦਾਂ ਪਾਇਆ ਹੋਇਆ ਉਹਨਾਂ ਨੇ ਨਾਣੇ ਤੇ ਪੈਰ 'ਚ ਹਾਹਾ ਪਾ ਕੇ ਪਰ ਮੈਂ ਤੁਹਾਨੂੰ ਸਹੀ ਕਰਕੇ ਦੱਸ ਦਿੰਦਾ ਹਾਂ ਆਪਸ਼ਨ ਏ ਆਪਣੀ ਇੱਥੇ ਰਾਈਟ ਆਨਸਰ ਹੈ ਮੇਨਾ ਠੀਕ ਹੈ ਸ਼ੁੱਧ ਲਈ ਦੱਸ ਤਾਂ ਅੱਗੇ ਆ ਸਹੀ ਦੱਸੋ ਇਹਨਾਂ ਦੇ ਵਿੱਚੋਂ ਤੁਸੀਂ ਸਹੀ ਆਪਸ਼ਨ ਦੱਸਣੀ ਆ ਤਾਂ ਸਹੀ ਆਪਸ਼ਨ ਦੱਸਣ ਦੇ ਲਈ ਦੇਖੋ ਸਭ ਤੋਂ ਪਹਿਲਾਂ ਦੇਖੋ ਆਪਾਂ ਚੈੱਕ ਕਰ ਲੈਣੇ ਆ ਭਾਸ਼ਾ ਤੇ ਸੱਭਿਆਚਾਰ ਦੋਨੋਂ ਪਰਿਵਰਤਨਸ਼ੀਲ ਹਨ ਹਾਂਜੀ ਇੱਥੇ ਵੈਸੇ ਤਾਂ ਸਪੈਲਿੰਗ ਮਿਸਟੇਕ ਮੈਨੂੰ ਕੋਈ ਲੱਗ ਨਹੀਂ ਰਹੀ ਅੱਗੇ ਵੀ ਦੇਖ ਲੈਣੇ ਆ ਭਾਸ਼ਾ ਅਤੇ ਸੱਭਿਆਚਾਰ ਦੋਨੋਂ ਪਰਿਵਰਤਨਸ਼ੀਲ ਨਹੀਂ ਹਨ ਹਾਂਜੀ ਭਾਸ਼ਾ ਤੇ ਸੱਭਿਆਚਾਰ ਦੇ ਵਿੱਚ ਹਮੇਸ਼ਾ ਹੀ ਪਰਿਵਰਤਨ ਹੁੰਦੇ ਹੀ ਰਹਿੰਦੇ ਆ ਪਰ ਇਹਨੇ ਲਿਖਿਆ ਨਹੀਂ ਹੁੰਦੇ ਇਹ ਗਲਤ ਆ ਅੱਗੇ ਭਾਸ਼ਾ ਤੇ ਸੱਭਿਆਚਾਰ ਵਿੱਚ ਬਹੁਤ ਘੱਟ ਪਰਿਵਰਤਨ ਆਉਂਦਾ ਹੈ ਤਾਂ ਇਹ ਵੀ ਕੀਆ ਗਲਤ ਹੈ ਇਥੇ ਸਪੈਲਿੰਗ ਮਿਸਟੇਕ ਆ ਆਉ ਲਿਖਿਆ ਹੋਆ ਠੀਕ ਹੈ ਤਾਂ ਆਪਸ਼ਨ ਨੰਬਰ ਇਥੇ ਸਾਡੇ ਕੋਲ ਇਹ ਹੀ ਰਾਈਟ ਆਨਸਰ ਬਣ ਰਿਹਾ ਕਿ ਭਾਸ਼ਾ ਅਤੇ ਸੱਭਿਆਚਾਰ ਦੋਨੋਂ ਪਰਵਰਤਨਸ਼ੀਲ ਹਨ ਨੈਕਸਟ ਗੱਲ ਦੇ ਗਹਿਣੇ ਕਿਹੜੇ ਹਨ ਹਾਂਜੀ ਇਹਨਾਂ ਦੇ ਵਿੱਚੋਂ ਗੱਲ ਦੇ ਗਹਿਣੇ ਕਿਹੜੇ ਆ ਗੱਲ ਦੇ ਵਿੱਚ ਪਾਇਆ ਜਾਂਦਾ ਤੰਦੀਰਾਂ ਕੰਠੀ ਗੁਲਬੰਦ ਆਪਸ਼ਨ ਨੰਬਰ ਸੀ ਇਥੇ ਰਾਈਟ ਆਨਸਰ ਹੈ ਨੈਕਸਟ ਹੈ ਪੰਜਾਬੀ ਭੋਜਨ ਕਿਹੜਾ ਹੈ ਹਾਂਜੀ ਪੰਜਾਬੀ ਭੋਜਨ ਕਿਹੜਾ ਵਾ ਪਰੌਠਾ ਸਰੋਂ ਦਾ ਸਾਗ ਤੇ ਲੱਸੀ ਆਪਸ਼ਨ ਨੰਬਰ ਏ ਇੱਥੇ ਰਾਈਟ ਆਨਸਰ ਹੈ ਠੀਕ ਹੈ ਨੈਕਸਟ ਹੈ ਸੱਭਿਆਚਾਰ ਪਰਿਵਰਤਨ ਦੇ ਆਧਾਰ ਤੇ ਹਾਂਜੀ ਸੱਭਿਆਚਾਰ ਪਰਿਵਰਤਨ ਦੇ ਆਧਾਰ ਹਨ ਇਹਨਾਂ ਦੇ ਵਿੱਚੋਂ ਕਿਹੜੇ ਸੱਭਿਆਚਾਰ ਪਰਿਵਰਤਨ ਦੇ ਆਧਾਰ ਆ ਪਦਾਰਥ ਹੁੰਦੀ ਹਮੇਸ਼ਾ ਸੱਭਿਆਚਾਰ ਦੇ ਵਿੱਚ ਹੁੰਦੀ ਰਹਿੰਦੀ ਆ ਆਰਥਿਕ ਖੁਸ਼ਹਾਲੀ ਵੀ ਸੱਭਿਆਚਾਰ ਦਾ ਆਧਾਰ ਆ ਅਦਾਨ ਪਰਦਾਣ ਵੀ ਸੱਭਿਆਚਾਰ ਦਾ ਹੀ ਆਧਾਰ ਆ ਤਾਂ ਆਪਸ਼ਨਸ ਡੀ ਇੱਥੇ ਰਾਈਟ ਆਨਸਰ ਅਪਰੋਕਤ ਸਾਰੇ ਨੈਕਸਟ ਹੈ ਸੌਣ ਮਹੀਨੇ ਨਾਲ ਸੰਬੰਧਿਤ ਹੈ ਹਾਂਜੀ ਸੌਣ ਮਹੀਨੇ ਦੇ ਵਿੱਚ ਅਸੀਂ ਕੀ ਖਾਂਦੇ ਆ ਖੀਰ ਪੂੜੇ ਮੈਂ ਵੀ ਸੋਚ ਰਹੀ ਆ ਕਿ ਦੂਸਰੇ ਚੈਨਲ ਤੇ ਖੀਰ ਪੂੜਿਆਂ ਦੀ ਵੀਡੀਓ ਬਣਾ ਕੇ ਪਾਵਾਂ ਤੇ ਅੱਜ ਹੀ ਸੋਚ ਰਹੀ ਸੀ ਹਜੇ ਕਿ ਅੱਜ ਸੰਡੇ ਵੀ ਆ ਤੇ ਘਰ ਵੀ ਆ ਤੇ ਕਿ ਖੀਰ ਪੂੜਿਆਂ ਦੀ ਵੀਡੀਓ ਬਣਾ ਕੇ ਪਾਵਾਂ ਚਲੋ ਦੇਖਦੇ ਆ ਤੁਸੀਂ ਵੀ ਸਾਰਿਆਂ ਨੇ ਮੇਰੇ ਦੂਸਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਉਸ ਦਾ ਨਾਮ ਵੀ ਸੁਮਨ ਪ੍ਰੀਤ ਕੌਰ ਆ ਕੱਲਾ सुमनप्रीत कौर ਠੀਕ ਹੈ ਜੀ ਤਾਂ ਆਪਸ਼ਨ ਸੀ ਇੱਥੇ ਰਾਈਟ ਆਨਸਰ ਹੈ ਖੀਰ ਪੂੜੇ ਸੌਣ ਮਹੀਨੇ ਨਾਲ ਖੀਰ ਪੂੜੇ ਸਬੰਧਿਤ ਹੁੰਦੇ ਆ ਕਿਉਂਕਿ ਸੌਣ ਦਾ ਮਹੀਨਾ ਚੜਿਆ ਸਾਰੀ ਖਾਣੇ ਪਸੰਦ ਕਰਦੇ ਆ ਖੀਰ ਪੂੜੇ ਛੜੀ ਲੱਗਦੀ ਆ ਤਾਂ ਹੋਰ ਵੀ ਜ਼ਿਆਦਾ ਮਨ ਹੁੰਦਾ ਨੈਕਸਟ ਹੈ ਵਿਆਹ ਤੇ ਆਈਆਂ ਸਾਕਾਦਾਰੀ ਵਿੱਚੋਂ ਇਸਤਰੀਆਂ ਨੂੰ ਕੀ ਕਹਿੰਦੇ ਆ ਹਾਂਜੀ ਜਿਹੜੀਆਂ ਵਿਆਹ ਤੇ ਆਪਣੇ ਰਿਸ਼ਤੇਦਾਰੀ ਦੇ ਵਿੱਚੋਂ ਇਸਤਰੀਆਂ ਹੁੰਦੀਆਂ ਵਾ ਉਹਨਾਂ ਨੂੰ ਆਪਾਂ ਕੀ ਬੋਲਦੇ ਆ ਵੈਸੇ ਵੀ ਜਦੋਂ ਤੁਸੀਂ ਅਕਸਰ ਸੁਣਿਆ ਹੋਣਾ ਜਦੋਂ ਕੁੜੀਆਂ ਕਰੀ ਕੰਮ ਨਹੀਂ ਕਰਦੀਆਂ ਨਾ ਕਈ ਵਾਰ ਏਦਾਂ ਹੁੰਦਾ ਕਿ ਕਈ ਵਾਰੀ ਨਹੀਂ ਦਿਲ ਕਰਦਾ ਹੁੰਦਾ ਉਹ ਬੈਠ ਜਾਂਦੇ ਆ ਜਾਂ ਆਪਾਂ ਵੀ ਬੈਠ ਜਾਂਦੇ ਆ ਜੇ ਕੋਈ ਆਇਆ ਗਿਆ ਹੁੰਦਾ ਤਾਂ ਜਿਹੜੀਆਂ ਦਾਦੀਆਂ ਹੁੰਦੀਆਂ ਨਾਲ ਹੀ ਕਹਿੰਦੀਆਂ ਨਹੀਂ ਤੂੰ ਮੇਲਣ ਆਈ ਆ ਉੱਠ ਕੇ ਕੰਮ ਕਰ ਲੈਣਾ ਏਦਾਂ ਬੋਲਦੇ ਆ ਵਿਆਹ ਤੇ ਆਈਆਂ ਸਾਾਕਾਦਾਰੀ ਵਿੱਚੋਂ ਇਸਤਰੀਆਂ ਨੂੰ ਕੀ ਕਹਿੰਦੇ ਆ ਮੇਲਣਾ ਕਹਿੰਦੇ ਆ অপਸ਼ਨ ਬੀ ਇੱਥੇ ਰਾਈਟ ਆਨਸਰ ਹੈ ਤੁਸੀਂ ਤਾਂ ਏਦਾਂ ਬੈਠੀਆਂ ਜਿਵੇਂ ਮੇਲਣਾ ਹੁੰਦੀਆਂ ਕੋਈ ਕੰਮ-ਕੁਮ ਕਰ ਲਓ ਏਦਾਂ ਬੋਲਦੇ ਆ ਨਾ ਮੇਲਣਾ ਨੈਕਸਟ ਹੈ ਨਿਸ਼ਚਿਤ ਕੀਤੇ ਦਿਨ ਅਤੇ ਥਾਂ ਉੱਤੇ ਕਰਾਇਆ ਜਾਣ ਵਾਲਾ ਕੁਸ਼ਤੀਆਂ ਦਾ ਦੰਗਲ ਹਾਂਜੀ ਜਿਹੜਾ ਕਿਸੇ ਥਾਂ ਤੇ ਕਰਵਾਇਆ ਜਾਣ ਵਾਲਾ ਕੁਸ਼ਤੀਆਂ ਦਾ ਦੰਗਲ ਹੁੰਦਾ ਉਹਨੂੰ ਅਸੀਂ ਬੋਲਦੇ ਹਾਂ ਸਿੰਜ਼ ਆਪਸ਼ਨ ਨੰਬਰ ਸੀ ਇਜ਼ ਅ ਰਾਈਟ ਆਨਸਰ ਨੈਕਸਟ ਹੈ ਸ੍ਰੇਸ਼ਟ ਸ੍ਰੇਸ਼ਟ ਸ਼ਬਦ ਦਾ ਸਮਾਨਾਰਥੀ ਹੈ ਮੈਂ ਅੱਗੇ ਵੀ ਤੁਹਾਨੂੰ ਨਾਗਿੰਦੀਆਂ ਬਹੁਤ ਐਗਜ਼ਾਮਪਲਸ ਦਿਨੀਆਂ ਤਾਂ ਅੱਜ ਵੀ ਦੇਣਾ ਚਾਹੂੰਗੀ ਉਹ ਨਾਗ ਉਹ ਕੀ ਬੋਲਦੀ ਹੁੰਦੀ ਹੈ ਮੈਂ ਮਤਲਬ ਕਿ ਆ ਪਤਾ ਨਹੀਂ ਜ਼ਿਆਦਾਤਰ ਮੈਂ ਸੁਣਿਆ ਵਾਂ ਇਹ ਮੈਂ ਹੂੰ ਸ੍ਰੇਸ਼ਟ ਸਰਬ ਸ੍ਰੇਸ਼ਟ ਸ਼ੇਸ਼ਨਾਗਿਨ ਸ੍ਰੇਸ਼ਟ ਮਤਲਬ ਕਿ ਸਾਰਿਆਂ ਤੋਂ ਜ਼ਿਆਦਾ ਉਹ ਕਹਿੰਦੀ ਹੈ ਕਿ ਮੈਂ ਹੀ ਸਾਰਿਆਂ ਤੋਂ ਜ਼ਿਆਦਾ ਉੱਤਮ ਆ ਹਨਾ ਮਤਲਬ ਕਿ ਸਭ ਤੋਂ ਜ਼ਿਆਦਾ ਸ਼ਕਤੀਸ਼ਾਲੀਆਂ ਤਾਂ ਇੱਥੇ ਕੀ ਆ ਗਿਆ ਉੱਤਮ ਆਪਸ਼ਨ ਨੰਬਰ ਏ ਇੱਥੇ ਰਾਈਟ ਆਨਸਰ ਕੁੜੀਆਂ ਨੂੰ ਤਾਂ ਜ਼ਿਆਦਾ ਪਤਾ ਲੱਗ ਜਾਣਾ ਵਾ ਕਿਉਂਕਿ ਉਹ ਮੋਸਟਲੀ ਦੇਖਦੀਆਂ ਵਾ ਜ਼ਿਆਦਾਤਰ ਨਾਗਿਨ ਸੀਰੀਅਲ ਤੇ ਇੱਥੇ ਕੀ ਆ ਸ੍ਰੇਸ਼ਟ ਸ਼ਬਦ ਦਾ ਅਰਥ ਆ ਉੱਤਮ ਆਪਸ਼ਨ ਨੰਬਰ ਏ ਇੱਥੇ ਰਾਈਟ ਆਨਸਰ ਹੈ ਨੈਕਸਟ ਹੈ ਜਦ ਕੋਈ ਆਪਣਾ ਮਤਲਬ ਕੱਢ ਕੇ ਅੱਖਰ ਅੱਖਾਂ ਫੇਰ ਲਵੇ ਤਾਂ ਉਥੇ ਕਿਹੜਾ ਖਾਨ ਟਕ ਟੁਕਮਾ ਹੈ ਹਾਂਜੀ ਜਦੋਂ ਕੋਈ ਆਪਣੀਆਂ ਆ ਆਪਣਾ ਮਤਲਬ ਕੱਢ ਲਿੰਦਾ ਤੇ ਉਸ ਤੋਂ ਬਾਅਦ ਆਪ ਅੱਖਾਂ ਫੇਰ ਲਵੇ ਤਾਂ ਉਸ ਦੇ ਲਈ ਕਿਹੜਾ ਖਾਨ ਵਰਤਿਆ ਜਾਂਦਾ ਕੋਠਾ ਉਸਾਰਿਆ ਤਰਖਾਨ ਵਿਸਰੇਆ ਤਰਖਾਨ ਕਿਹੜੇ ਹੁੰਦੇ ਆ ਜਿਹੜੇ ਲੱਕੜੀ ਦਾ ਕੰਮ ਕਰਦੇ ਆ ਠੀਕ ਹੈ ਕੋਠਾ ਉਸਰਿਆ ਤਰਖਾਨ ਵਿਸਰੇਆ ਤਾਂ ਆਪਸ਼ਨ ਨੰਬਰ ਸੀ ਇੱਥੇ ਰਾਈਟ ਆਨਸਰ ਹੈ ਇਹ ਬੋਲਦੇ ਆ ਜਦੋਂ ਕੋਈ ਆਪਦਾ ਮਤਲਬ ਕੱਢ ਕੇ ਅੱਖਾਂ ਫੇਰ ਲਵੇ ਕਿ ਆਪਦਾ ਕੰਮ ਨਿਕਲ ਗਿਆ ਹੁਣ ਨਾਲ ਹੀ ਕੰਮ ਮਤਲਬ ਕਿ ਮੀਨਿੰਗ ਹੀ ਬਣ ਰਿਹਾ ਵਾ ਨੈਕਸਟ ਹੈ ਮੂਲ ਰੂਪ ਵਿਚਾਰਥਪੱਖੋਂ ਸ਼ਬਦ ਕਿੰਨੇ ਪ੍ਰਕਾਰ ਦੇ ਹੁੰਦੇ ਆ ਹਾਂਜੀ ਅਰਥ ਦੇ ਪੱਖੋਂ ਸ਼ਬਦ ਦੋ ਪ੍ਰਕਾਰ ਦੇ ਹੁੰਦੇ ਆ ਠੀਕ ਹੈ ਕਿ ਕਿਹੜੇ-ਕਿਹੜੇ ਹੁੰਦੇ ਆ ਅਰਥ ਦੇ ਪੱਖੋਂ ਜਿਹੜੇ ਸ਼ਬਦ ਆ ਉਹ ਹੁੰਦੇ ਆ ਸਾਰਥਕ ਸ਼ਬਦ ਅਤੇ ਨਿਰਾਰਥਕ ਸ਼ਬਦ ਠੀਕ ਹੈ ਸਾਰਥਕ ਅਤੇ ਨਿਰਾਰਥਕ ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ ਸਾਰਥਕ ਸ਼ਬਦ ਕਿਹੜੇ ਹੁੰਦੇ ਆ ਜਿਵੇਂ ਮੈਂ ਲਿਖ ਰਹੀ ਹਾਂ ਰੋਟੀ ਰੋਟੀ ਰਾਟੀ ਆਪਾਂ ਕਹਿੰਦੇ ਨਹੀਂ ਆ ਜੋ ਰੋਟੀ ਰਾਟੀ ਖਾ ਕੇ ਚਲੇ ਜਾਇਓ ਠੀਕ ਹੈ ਪਾਣੀ ਧਾਣੀ ਪੀ ਕੇ ਚਲੇ ਜਾਇਓ ਆ ਜੋ ਪਾਣੀ ਤਾਂ ਨਹੀਂ ਪੀ ਲੈਂਦੇ ਇਦਾਂ ਬੋਲਦੇ ਆ ਅਕਸਰ ਇਹ ਇਹਦਾ ਮਤਲਬ ਕੀ ਆ ਸਾਰਥਕ ਸ਼ਬਦ ਕਿਹੜੇ ਆ ਇਹਨਾਂ ਦੇ ਵਿੱਚੋਂ ਦੇਖੋ ਰੋਟੀ ਤੇ ਪਾਣੀ ਇਹ ਸਾਰਥਕ ਸ਼ਬਦ ਆ ਰਾਟੀ ਤੇ ਧਾਣੀ ਨਿਰਾਰਥਕ ਸ਼ਬਦ ਆ ਜਿਨ੍ਹਾਂ ਦਾ ਕੋਈ मीनिंग ਨਹੀਂ ਠੀਕ ਹੈ ਜੇ ਆਪਾਂ ਕਹਿੰਦੇ ਆ ਚਾਹ ਚੂ ਪੀ ਕੇ ਚਲੇ ਜਾਇਓ ਚਾਹ ਦਾ ਤਾਂ मीनिंग ਹੈਗਾ ਚਾਹ ਇੱਕ ਸਾਰਥਕ ਆ ਪਰ ਚੂ ਕੀ ਆ ਨਿਰਾਰਥਕ ਆ ਨੈਕਸਟ ਹੈ ਸ਼ੁੱਧ ਵਾਕ ਦੱਸੋ ਹਾਂਜੀ ਇਹਨਾਂ ਦੇ ਵਿੱਚੋਂ ਸ਼ੁੱਧ ਦੱਸਣਾ ਸਭ ਤੋਂ ਪਹਿਲਾਂ ਬਾਅਦ ਦੇਖਦੇ ਆ ਇਹਦੇ ਵਿੱਚ ਮੱਝ ਦੇ ਸਪੈਲਿੰਗ ਗਲਤ ਅੱਗੇ ਮੱਝ ਦਾ ਦੁੱਧ ਮਿੱਠਾ ਹੁੰਦਾ ਹੈ ਹਾਂਜੀ ਮੱਝ ਦਾ ਦੁੱਧ ਮਿੱਠਾ ਹੁੰਦਾ ਹੈ ਇੱਥੇ ਆਪਸ਼ਨ ਬੀ ਸਹੀ ਹੈ ਠੀਕ ਹੈ ਮਾਜਦਾ ਦੁੱਧ ਮਿੱਠਾ ਹੁੰਦਾ ਹੈ ਅੱਗੇ ਆਪਸ਼ਨ ਸੀ ਚ ਦੁੱਧ ਦੇ ਸਪੈਲਿੰਗ ਗਲਤ ਆ ਤੇ ਆਪਸ਼ਨ ਡੀ ਵੀ ਇੱਥੇ ਸਹੀ ਆ ਇੱਕ ਦੇ ਵਿੱਚ ਮੈਂ ਇੱਥੇ ਦੁੱਧ ਨੂੰ ਇਦਾਂ ਲਿਖਣਾ ਸੀਗਾ ਕਿਸੇ ਇੱਕ ਆਪਸ਼ਨ ਦੇ ਵਿੱਚ ਜਾਂ ਤਾਂ ਬੀ ਚ ਲਿਖ ਸਕਦੀ ਸੀ ਜਾਂ ਡੀ ਚ ਲਿਖ ਸਕਦੀ ਸੀ ਪਰ ਬਾਈ ਮਿਸਟੇਕ ਮੇਰੇ ਤੋਂ ਦੋਨੋਂ ਹੀ ਸਹੀ ਹੋ ਗਏ ਆ ਤਾਂ ਹੁਣ ਇੱਥੇ ਦੋਨੋਂ ਆਪਸ਼ਨਾਂ ਦੇ ਵਿੱਚੋਂ ਜਿਹੜੀ ਤੁਸੀਂ ਸੋਚੀ ਆ ਆਪਦਾ ਟਿਕ ਕਰ ਲਿਓ ਕਿ ਹਾਂ ਅਸੀਂ ਸਹੀ ਸੋਚੀ ਆ ਠੀਕ ਹੈ ਜੇ ਤੁਸੀਂ ਏ ਸੀ ਸੋਚੀ ਆ ਤਾਂ ਆਪਦੀ ਕਾਪੀ ਦੇ ਨਾਲ ਹੀ ਕਾਂਡਾ ਮਾਰ ਲਿਓ ਕਿ ਇਹ ਤੁਹਾਡਾ ਗਲਤ ਹੋ ਗਿਆ ਨੈਕਸਟ ਹੈ ਸੁਖਮਣੀ ਸਾਹਿਬ ਵਿੱਚ ਕਿੰਨੀਆਂ ਅਸ਼ਟਪਦੀਆਂ ਹਨ ਹਾਂਜੀ ਸੁਖਮਣੀ ਸਾਹਿਬ ਦੇ ਵਿੱਚ 24 ਅਸ਼ਟਪਦੀਆਂ ਨੇ অপਸ਼ਨ ਨੰਬਰ ਸੀ ਇੱਥੇ ਰਾਈਟ ਆਨਸਰ ਹੈ ਨੈਕਸਟ ਹੈ ਮੂਰਖਤਾਈ ਸ਼ਬਦ ਵਿੱਚ ਪਿਛੇਤਰ ਹੈ ਦੇਖੋ ਮੈਂ ਤੁਹਾਨੂੰ ਅੱਗੇ ਵੀ ਦੱਸਿਆ ਪਿਛੇਤਰ ਦਾ ਮਤਲਬ ਕੀ ਹੁੰਦਾ ਕਿ ਪਹਿਲਾਂ ਸਾਨੂੰ ਕੋਈ ਅਰਥ ਅਰਥਵਾਣ ਮਤਲਬ ਅਰਥ ਵਾਲਾ ਸ਼ਬਦ ਦਿੱਤਾ ਹੋਇਆ ਵਾ ਉਹਦੇ ਮਗਰ ਕੋਈ ਹੋਰ ਸ਼ਬਦ ਲਾ ਕੇ ਉਹਦਾ मीनिंग ਚੇਂਜ ਕਰ ਦਿੱਤਾ ਜਿਵੇਂ ਪਹਿਲਾਂ ਮੂਰਖ ਪਾਇਆ ਫਿਰ ਮੂ ਪਹਿਲਾ ਮੂਰਖ ਮੂਰਖ ਕੀ ਆ ਮੂਰਖ ਦਾ ਇੱਕ ਅਲੱਗ ਅਰਥ ਆ ਪਰ ਜਦੋਂ ਮਗਰ ਤਾਈ ਪਾਤਾ ਤਾਂ ਇਹ ਇੱਕ ਲੱਗ ਸ਼ਬਦ ਨਮਾ ਸ਼ਬਦ ਬਣ ਗਿਆ ਤਾਂ ਇਹ ਬਣ ਗਿਆ ਮੂਰਖ ਤਾਈ ਹੁਣ ਇਹਦੇ ਵਿੱਚ ਪਛੇਤਰ ਕੀ ਆ ਤਾਈ ਤਾਂ ਆਪਸ਼ਨ ਨੰਬਰ ਸੀ ਇੱਥੇ ਰਾਈਟ ਆਨਸਰ ਹੈ ਠੀਕ ਹੈ ਇਹ ਤੁਸੀਂ ਧਿਆਨ ਹਾਂਜੀ ਅੱਗੇ ਤੁਸੀਂ ਦੇਖ ਸਕਦੇ ਹੋ ਗੁਰੂ ਨਾਨਕ ਦੇਵ ਜੀ ਦੇ ਪੁੱਤਰਾਂ ਦੇ ਨਾਮ ਹਨ ਹਾਂਜੀ ਗੁਰੂ ਨਾਨਕ ਦੇਵ ਜੀ ਦੇ ਦੋ ਪੁੱਤਰ ਸੀ ਉਨ੍ਹਾਂ ਦੇ ਵਿੱਚੋਂ ਵੱਡੇ ਪੁੱਤਰ ਦਾ ਨਾਮ ਸੀ ਬਾਬਾ ਸ਼੍ਰੀ ਚੰਦ ਅਤੇ ਛੋਟੇ ਦਾ ਨਾਮ ਸੀ ਬਾਬਾ ਲਖਮੀ ਦਾਸ ਤਾਂ ਆਪਸ਼ਨ ਨੰਬਰ ਬੀ ਇੱਥੇ ਰਾਈਟ ਆਨਸਰ ਹੈ ਠੀਕ ਹੈ ਬਾਬਾ ਸ਼੍ਰੀ ਚੰਦ ਅਤੇ ਬਾਬਾ ਲਖਮੀ ਦਾਸ ਨੈਕਸਟ ਭਾਈ ਜੇਠਾ ਕਿਸ ਗੁਰੂ ਸਾਹਿਬ ਦਾ ਪਹਿਲਾ ਨਾਮ ਸੀ ਹਾਂਜੀ ਭਾਈ ਜੇਠਾ ਭਾਈ ਜੇਠਾ ਕਿੰਨਾ ਦਾ ਨਾਮ ਸੀ ਪਹਿਲਾਂ ਦੇਖੋ ਗੁਰੂ ਅੰਗਦ ਦੇਵ ਜੀ ਦਾ ਨਾਮ ਸੀਗਾ ਪਹਿਲਾ ਨਾਮ ਭਾਈ ਲਹਿਣਾ ਜੀ ਠੀਕ ਹੈ ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ ਗੁਰੂ ਰਾਮਦਾਸ ਜੀ ਦਾ ਨਾਮ ਸੀਗਾ ਭਾਈ ਜੇਠਾ ਜੀ ਗੁਰੂ ਤੇਗ ਬਹਾਦਰ ਜੀ ਦਾ ਨਾਮ ਸੀ ਤਿਆਗ ਮੱਲ ਠੀਕ ਹੈ ਇਹ ਜਿਆਦਾਤਰ ਨੂੰ ਨਾਮ ਇੰਪੋਰਟੈਂਟ ਆ ਤਿੰਨ ਗੁਰੂ ਸਾਹਿਬਾਨ ਦੇ ਜਿਹੜੇ ਤੁਹਾਨੂੰ ਆ ਸਕਦੇ ਐ ਐਗਜ਼ਾਮ 'ਚ ਤਾਂ ਆਪਸ਼ਨ A ਇੱਥੇ ਰਾਈਟ ਆਨਸਰ ਹੈ ਭਾਈ ਜੇਠਾ ਜੀ ਗੁਰੂ ਰਾਮਦਾਸ ਜੀ ਦਾ ਨਾਮ ਸੀ ਨੈਕਸਟ ਹੈ ਗੁਰੂ ਅਰਜਨ ਦੇਵ ਜੀ ਦੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਬਾਣੀ ਕਿੰਨੇ ਰਾਗਾਂ ਵਿੱਚ ਹੈ ਹਾਂਜੀ ਗੁਰੂ ਅਰਜਨ ਦੇਵ ਜੀ ਦੀ ਬਾਣੀ ਕਿੰਨੇ ਰਾਗਾਂ ਦੇ ਵਿੱਚ ਆ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦੇਖੋ ਇਹ ਹੈਗੀ ਐ ਜੀ ਤੇਰਾਗਾ ਦੇ ਵਿੱਚ অপਸ਼ਨ B ਇੱਥੇ ਰਾਈਟ ਆਂਸਰ ਹੈ ਗੁਰੂ ਰਾਮਦਾਸ ਜੀ ਦੇ ਵੀ 13 ਰਾਗਾਂ ਚਾ ਗੁਰੂ ਅਰਜਨ ਦੇਵ ਜੀ ਦੇ ਵੀ 13 ਰਾਗਾਂ ਚਾ ਗੁਰੂ ਤੇਗ ਬਹਾਦਰ ਜੀ ਦੇ 15 ਰਾਗਾਂ ਦੇ ਵਿੱਚ ਆ ਠੀਕ ਹੈ ਨੈਕਸਟ ਹੈ ਮੱਖਣ ਸ਼ਾ ਲੁਭਾਣੇ ਨੇ ਗੁਰੂ ਲਾਧੋ ਰੇ ਕਿਸ ਗੁਰੂ ਲਈ ਕਿਹਾ ਸੀ ਹਾਂ ਜੀ ਮੈਂ ਤੁਹਾਨੂੰ ਅੱਗੇ ਵੀ ਬਹੁਤ ਵਾਰ ਦੱਸਿਆ ਜਦੋਂ ਗੁਰੂ ਹਰਿਕ੍ਰਿਸ਼ਨ ਜੀ ਜੋਤੀ ਜੋਤ ਸਮਾਏ ਸੀ ਠੀਕ ਹੈ ਦਿੱਲੀ ਦੇ ਵਿੱਚ ਤਾਂ ਉਥੇ ਕੀ ਜੀ ਕਿ ਉਹਨਾਂ ਨੇ ਸਿਰਫ ਇੰਨਾ ਬੋਲਿਆ ਲਾਸਟ ਵਾਰ ਬਾਬਾ ਬਕਾਲਾ ਜਿਹਦਾ ਮਤਲਬ ਸੀ ਅਗਲੇ ਗੁਰੂ ਤੁਹਾਨੂੰ ਬਕਾਲੇ ਦੇ ਵਿੱਚ ਮਿਲਣਗੇ ਪਰ ਉਥੇ ਜਾ ਕੇ ਜਦੋਂ ਦੇਖਿਆ ਇੰਨੇ ਜ਼ਿਆਦਾ ਸਾਧੂ ਪਖੰਡਿਆਂ ਆਪਦੇ ਆਪ ਨੂੰ ਗੁਰੂ ਕਹਿ ਕੇ ਬੈਠ ਗਏ ਸੀ ਸਮਾਧੀਆਂ ਲਾ ਕੇ ਤਾਂ ਉਥੇ ਫਿਰ ਇੱਕ ਮੱਖਣ ਸ਼ਾਲੂ ਬਾ ਲੁਬਾਣਾ ਵੈਸੇ ਤਾਂ ਇਹਨਾਂ ਦਾ ਨਾਮ ਠੀਕੇ ਲੁਬਾਣਾ ਤੇ ਇਹਨਾਂ ਨੇ ਇਹਨਾਂ ਦਾ ਬੇੜਾ ਡੁੱਬ ਰਿਆ ਸੀ ਇੱਕ ਵਪਾਰੀ ਸੀਗੇ ਤਾਂ ਇਹਨਾਂ ਨੇ ਕੀ ਕਿਹਾ ਸੀਗਾ ਕੀ ਗੁਰੂ ਮਤਲਬ ਸੁਖ ਸੁਖੀ ਸੀਗੀ ਕਿ ਮੇਰਾ ਜੇ ਬੇੜਾ ਪਾਰ ਲੱਗ ਜਾਏ ਤਾਂ ਮੈਂ ਤੁਹਾਨੂੰ 500 ਮੋਹਰਾਂ ਚੜਾਉਂਗਾ ਤੇ ਜਦੋਂ ਇਹਨਾਂ ਨੇ ਉੱਥੇ ਜਾ ਕੇ ਸਾਰਿਆਂ ਬੇੜਾ ਪਾਰ ਹੋ ਗਏ ਆ ਸਾਰਿਆਂ ਦੇ ਅੱਗੇ ਇਹਨਾਂ ਨੇ 2-2 ਮੋਹਰਾਂ ਰੱਖਤੀਆਂ ਤੇ ਜਦੋਂ ਗੁਰੂ ਤੇਗ ਬਹਾਦਰ ਜੀ ਦੀ ਵਾਰੀ ਆਈ ਕਹਿੰਦੇ ਬਾਕੀ ਦੀਆਂ 4 498 ਮੋਹਰਾਂ ਕਿੱਥੇ ਆ ਭਗਤਾ ਤਾਂ ਇਹਨਾਂ ਨੇ ਬੋਲਿਆ ਸੀ ਗੁਰੂ ਲਾਦੋ ਰੇ ਗੁਰੂ ਲਾਦੋ ਰੇ ਕਿ ਮिन्नੂ ਗੁਰੂ ਮਿਲ ਗਏ ਤਾਂ ਆਪਸ਼ਨ ਨੰਬਰ ਬੀ ਇੱਥੇ ਰਾਈਟ ਆਨਸਰ ਹੈ ਗੁਰੂ ਤੇਗ ਬਹਾਦਰ ਜੀ ਠੀਕ ਹੈ ਨੌਵੇਂ ਗੁਰੂ ਦੀ ਪਾਲ ਕੀਤੀ ਸੀ ਤੁਹਾਨੂੰ ਇਹ ਆ ਸਕਦਾ ਕਿ ਨੌਵੇਂ ਗੁਰੂ ਦੀ ਪਾਲ ਕਿੰਨਾ ਨੇ ਕੀਤੀ ਸੀ ਮੱਖਣ ਸਾ ਲੁਭਾਣਾ ਨੇ ਇੱਕਾ ਮੱਖਣ ਸਾ ਲੁਭਾਣਾ ਸਿੱਖ ਇਤਿਹਾਸ ਦੇ ਵਿੱਚ ਇੰਪੋਰਟੈਂਟ ਇੱਕਾ ਲੱਖੀ ਸਾ ਠੀਕ ਹੈ ਇੱਕਾ ਲੱਖੀ ਸ਼ਾ ਲੱਖੀ ਸ਼ਾ ਲੁਭਾਣਾ ਲੱਖੀ ਸਾ ਉਹ ਸੀਗੇ ਜਿਨ੍ਹਾਂ ਨੇ ਗੁਰੂ ਤੇਗ ਬਹਾਦਰ ਜੀ ਦੀ ਪਵਿੱਤਰ ਧੜ ਦਾ ਸੰਸਕਾਰ ਆਪ ਦੀ ਝੋਪੜੀ ਦੇ ਵਿੱਚ ਕੀਤਾ ਸੀਗਾ ਠੀਕ ਹੈ ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ ਦੋਵਾਂ ਨਾਵਾਂ ਦੇ ਵਿੱਚ ਫਾਰਕਾ ਤੁਹਾਨੂੰ ਕਿਸੇ ਵੀ ਤਰ੍ਹਾਂ ਆ ਸਕਦਾ ਨੈਕਸਟ ਹੈ 마שיਵਾੜੇ ਦਾ ਸੰਬੰਧ ਕਿਸ ਗੁਰੂ ਜੀ ਨਾਲ ਹੈ ਹਾਂਜੀ 마שיਵਾੜਾ 마שיਵਾੜੇ ਦੇ ਜੰਗਲਾਂ ਦੇ ਵਿੱਚ ਕਿਹੜੇ ਗੁਰੂ ਜੀ ਗਏ ਸੀਗੇ ਗੁਰੂ ਗੋਬਿੰਦ ਸਿੰਘ ਜੀ অপਸ਼ਨ ਨੰਬਰ ਏ ਇਜ਼ ਦਾ ਰਾਈਟ ਆਨਸਰ हां जी नेक्स्ट है गुरु अंगद देव जी ने ਕਿਹੜਾ ਸ਼ਹਿਰ ਬਸਾਇਆ ਦੇਖੋ ਹਰੇਕ ਗੁਰੂ ਸਾਹਿਬਾਨ ਨੇ ਕੋਈ ਨਾ ਕੋਈ ਸ਼ਹਿਰ ਬਸਾਇਆ ਵਾ ਗੁਰੂ ਨਾਨਕ ਦੇਵ ਜੀ ਤੋਂ ਸਟਾਰਟ ਹੋ ਕੇ ਆਪਾਂ ਸਭ ਤੇ ਨਾਲ ਰਿਲੇਟਡ ਮੈਂ ਤੁਹਾਨੂੰ ਦੱਸ ਦਿੰਨੀ ਹਾਂ ਕਿਉਂਕਿ ਇਹ ਕੈਮ ਸਿਕਿਉ ਜ਼ਰੂਰ ਆਉਂਦਾ ਹੀ ਆਉਂਦਾ ਐ ਐਗਜ਼ਾਮ ਦੇ ਵਿੱਚ ਗੁਰੂ ਨਾਨਕ ਦੇਵ ਜੀ ਨੇ ਕਰਤਾਰਪੁਰ ਪਾਕਿਸਤਾਨ ਵਾਲਾ ਬਸਾਇਆ ਸੀ ਠੀਕ ਹੈ ਗੁਰੂ ਅੰਗਦ ਦੇਵ ਜੀ ਨੇ ਖੰਡੂਰ ਸਾਹਿਬ ਬਸਾਇਆ ਸੀ ਗੁਰੂ ਅਮਰਦਾਸ ਜੀ ਨੇ ਗੋਇਆਦਵਾਲ ਬਸਾਇਆ ਸੀ ਗੁਰੂ ਰਾਮਦਾਸ ਜੀ ਨੇ ਅੰਮ੍ਰਿਤਸਰ ਬਸਾਇਆ ਸੀ 1570 ਦੇ ਵਿੱਚ ਗੁਰੂ ਅਰਜਨ ਦੇਵ ਜੀ ਨੇ ਪਹਿਲਾਂ ਤਰਨਤਾਰਨ ਫਿਰ ਕੀਰਤਪੁਰ ਫਿਰ ਹਰगोविंदਪੁਰਾ ਸੌਰੀ ਕੀਰਤਪੁਰ ਬੋਲਦਾ ਕਰਤਾਰਪੁਰ ਬੋਲਣਾ ਸੀ ਕਰਤਾਰਪੁਰ ਆਪਣੀ ਜਲੰਧਰ ਵਾਲੀ ਸਾਈਡ ਆ ਨਾ ਤਿੰਨ ਸ਼ਹਿਰਾਂ ਦੀ ਸਥਾਪਨਾ ਕੀਤੀ ਸੀ ਗੁਰੂ ਅਰਜਨ ਦੇਵ ਜੀ ਨੇ ਕਿਹੜੇ ਕਿਹੜੇ ਤਰਨਤਾਰਨ ਇੱਕ ਤਰਨਤਾਰਨ ਤੇ ਇੱਕ ਕਰਤਾਰਪੁਰ ਜਿਹੜਾ ਕਿ ਜਲੰਧਰ ਵਾਲੀ ਸਾਈਡ ਆ ਠੀਕ ਹੈ ਇੱਕ ਕਰਤਾਰਪੁਰ ਠੀਕ ਹੈ ਇੱਕ ਕਰਤਾਰਪੁਰ ਤੋਂ ਬਿਨਾ ਇੱਕ ਹਰगोविंदਪੁਰਾ ਜਿਹੜਾ ਕਿ ਆਪਣੇ ਪੁੱਤਰ ਦੀ ਖੁਸ਼ੀ ਦੇ ਵਿੱਚ ਬਸਾਇਆ ਸੀਗਾ ਉਸ ਤੋਂ ਬਾਅਦ ਸ੍ਰੀ ਗੁਰੂ ਹਰਗੋਬਿੰਦ ਜੀ ਨੇ 6ਵੇਂ ਪਾਤਸ਼ਾਹ ਜੀ ਨੇ ਕੀਰਤਪੁਰ ਬਸਾਇਆ 9ਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਆਨੰਦਪੁਰ ਸਹਿਰ ਦੀ ਸਥਾਪਨਾ ਕੀਤੀ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਪੌਂਟਾ ਸਾਇ ਬਸਾਇਆ ਸੀਗਾ ਠੀਕ ਹੈ ਨੈਕਸਟ ਹੈ ਜੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ ਵਿੱਚ ਕਿੰਨੇ ਕਵੀ ਸਨ ਵੈਰੀ ਵੈਰੀ ਇੰਪੋਰਟੈਂਟ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ ਦੇ ਵਿੱਚ 52 ਕਵੀ ਸੀ অপਸ਼ਨ ਨੰਬਰ ਬੀ ਇਜ਼ ਦਾ ਰਾਈਟ ਆਨਸਰ ਨੈਕਸਟ ਹੈ ਖੇਡ ਦਿੱਤੇ ਚਿੰਨਾਂ ਵਿੱਚੋਂ ਵਿਸਮਿਕ ਚਿੰਨ ਕਿਹੜਾ ਹੈ ਹਾਂਜੀ ਇਹਨਾਂ ਦੇ ਵਿੱਚੋਂ ਵਿਸਮਿਕ ਕਿਹੜਾ ਵੈ ਵਿਸਮਿਕ ਕਿਹੜੇ ਹੁੰਦੇ ਆ ਜਿਹੜੇ ਹੈਰਾਨੀ ਦੇ ਲਈ ਵਰਤੇ ਜਾਂਦੇ ਆ ਠੀਕ ਹੈ ਜਦੋਂ ਬਹੁਤ ਜ਼ਿਆਦਾ ਖੁਸ਼ੀ ਹੋਵੇ ਉਦੋਂ ਵਰਤਿਆ ਜਾਂਦਾ ਜਿਵੇਂ ਖੁਸ਼ਖਬਰੀ ਖੁਸ਼ਖਬਰੀ ਫਿਰ ਆਪਾਂ ਵਿਸਮਿਕ ਪਾਉਨੇ ਆ ਉਸ ਤੋਂ ਬਾਅਦ ਆਪਾਂ ਗੱਲ ਦੱਸਦੇ ਆ ਠੀਕ ਹੈ ਇਦਾਂ ਜਿੱਥੇ ਜ਼ਿਆਦਾ ਠਹਿਰਾਓ ਪਵੇ ਨਾ ਉੱਥੇ ਵਿਸਮਿਕ ਚਿੰਨ ਦੀ ਵਰਤੋਂ ਕੀਤੀ ਜਾਂਦੀ ਆ ਬਸ ਤੁਸੀਂ ਇਹ ਯਾਦ ਰੱਖਣਾ ਆਪਸ਼ਨ ਸੀ ਇੱਥੇ ਰਾਈਟ ਆਨਸਰ ਹੈ ਨੈਕਸਟ ਹੈ ਜੇਕਰ ਬਾਕ ਵਿੱਚ ਸਹੀ ਵਿਸ਼ਰਾਮ ਦੀ ਵਰਚਿੰਨ ਦੀ ਵਰਤੋਂ ਨਾ ਕੀਤੀ ਜਾਵੇ ਤਾਂ ਬਾਕ ਵਿੱਚ ਕਿਹੜਾ ਪੱਖ ਸਪਸ਼ਟ ਨਹੀਂ ਹੁੰਦਾ ਹਾਂਜੀ ਜੇਕਰ ਬਾਕ ਦੇ ਵਿੱਚ ਸਹੀ ਵਿਸ਼ਰਾਮ ਚਿੰਨ ਦੀ ਵਰਤੋਂ ਹੀ ਨਾ ਹੋਈ ਹੋਵੇ ਤਾਂ ਬਾਕ ਦੇ ਅਰਥ ਨਹੀਂ ਸਮਝ ਆਉਂਦੇਗੇ ਠੀਕ ਹੈ ਕਿ ਪਤਾ ਹੀ ਨਹੀਂ ਲੱਗਦਾ ਕਿ ਖੁਸ਼ੀ ਦਾ ਗਮੀ ਦਾ ਇਥੋਂ ਕੁਝ ਪਤਾ ਨਹੀਂ ਲੱਗਦਾ ਕਲੀਅਰ ਨਹੀਂ ਹੁੰਦਾਗਾ ਜਦੋਂ ਵਿਸ਼ਰਾਮ ਚਿੰਨਾਂ ਦੀ ਵਰਤੋਂ ਸਹੀ ਢੰਗ ਨਾਲ ਨਹੀਂ ਕੀਤੀ ਜਾਂਦੀ ਤਾਂ ਆਪਸ਼ਨ ਬੀ ਇੱਥੇ ਰਾਈਟ ਆਨਸਰ ਹੈ ਨੈਕਸਟ ਹੈ ਉਪਜਾਉ ਵਿੱਚ ਕਿਹੜਾ ਗੇਤਰ ਵਰਤਿਆ ਜਾਂਦਾ ਹੈ ਉਪਜਾਉ ਦੇਖੋ ਅਗੇਤਰ ਦੀ ਗੱਲ ਹੋਈ ਆ ਇੱਕ मीनिंगफुल ਵਰਡ ਆ ਉਪ ਠੀਕ ਹੈ ਜਦੋਂ ਮੈਂ ਇਹਦੇ ਮਗਰ ਪਾਤਾ ਜਾਊ ਤਾਂ ਇਹ ਬਣ ਗਿਆ ਉਪ ਜਾਊ ਮਤਲਬ ਕਿ मीनिंग चेंज ਹੋ ਗਿਆ ਤਾਂ ਇਹਦੇ ਵਿੱਚ ਪਿਛੇਤਰ ਆ ਜਾਊ ਅਗੇਤਰ ਆ ਉਪ ਤਾਂ ਆਪਸ਼ਨ ਨੰਬਰ ਹੁਣ ਅਗੇਤਰ ਪੁੱਛਿਆ ਤਾਂ ਇੱਥੇ ਸੀ ਆਪਸ਼ਨ ਨੈਕਸਟ ਹੈ ਗੁਆਂਡਨ ਗੁਆਂਡਨ ਵਿੱਚ ਪਿਛੇਤਰ ਕਿਹੜਾ ਹੈ ਹਾਂਜੀ ਗੁਆਂਡ ਪਹਿਲਾਂ ਦੇਖੋ मीनिंगफुल ਵਰਡ मीनिंग ਆ ਜਿਹੜਾ ਸਾਡਾ मीनिंगफुल ਮਤਲਬ ਬਣਨਾ ਚਾਹੀਦਾ ਵਾ ਜਿਹੜਾ ਸਾਡਾ ਬਾਕੀ ਜਾਂ ਜੋ ਵੀ ਸਾਡਾ ਸ਼ਾਵਦ ਦਾ ਪਹਿਲਾ ਗਵਾਂਡ ਆ ਜਦੋਂ ਮੰਗਰ ਨਾਣਾ ਪਾਇਆ ਫੇਰ ਗਵਾਂਡਣ ਬਣਿਆ ਠੀਕ ਹੈ ਗਵਾਂਡ ਤੇ ਗਵਾਂਡਣ ਗਵਾਂਡਣ ਮਤਲਬ ਕਿਸੇ ਲੇਡੀਜ਼ ਦੀ ਗੱਲ ਹੋ ਰਹੀ ਆ ਆਪਾਂ ਬੋਲਦੇ ਕਿ ਇਹ ਸਾਡੀ ਗਵਾਂਡਣ ਆ ਠੀਕ ਹੈ ਪਰ ਜਦੋਂ ਆਪਾਂ ਕਿਸੇ ਹੋਰ ਗੱਲ ਕਰਨੀ ਹੁੰਦੀ ਹੈ ਕਿ ਇਹ ਚੀਜ਼ ਅਸੀਂ ਆਪਦੇ ਗਵਾਂਡ ਚੋਂ ਲਈ ਆ ਮਤਲਬ ਗਵਾਂਡ ਦੇ ਵਿੱਚ ਕੋਈ ਵੀ ਆ ਜਾਂਦਾ ਪਰ ਗਵਾਂਡਣ ਦੇ ਵਿੱਚ ਸਿਰਫ ਇੱਕ ਲੇਡੀਜ਼ ਦੀ ਗੱਲ ਹੁੰਦੀ ਹੈ ਠੀਕ ਹੈ ਕਿ ਇਹ ਸਾਡੀ ਗਵਾਂਡਣ ਆ ਤਾਂ ਜਾਂ ਠੀਕ ਹੈ ਤੁਸੀਂ ਧਿਆਨ ਦੇ ਵਿੱਚ ਰੱਖਣਾ ਪਹਿਲਾਂ ਗਵਾਂਡ ਆ ਫਿਰ ਨਾਣਾ ਲਾ ਕੇ ਬਣੀਆਂ ਗਵਾਂਡਣ ਤਾਂ ਪਿਛੇਤਰ ਨਾਣਾ ਮੈਂ ਇਹਦੇ ਚ ਆਪਸ਼ਨ ਏ ਇੱਥੇ ਰਾਈਟ ਆਨਸਰ ਹੈ ਨੈਕਸਟ ਹੈ ਸਹਿਮਤ ਵਿੱਚ ਅਗੇਤਰ ਹਨ ਹਾਂਜੀ ਪਿਛਲੇ ਪੇਪਰ ਚ ਵੀ ਸਹਿਮਤ ਵਾਲਾ ਆਇਆ ਸੀਗਾ ਉੱਥੇ ਬਾਈ ਮਿਸਟੇਕ ਮੈਂ ਤੁਹਾਨੂੰ ਗਲਤ ਬੋਲਦਾ ਸੀ ਸਹਿ ਪਲੱਸ ਮਤ ਠੀਕ ਹੈ ਮਤ ਇੱਕ ਅਲੱਗ ਪਿਛਾਵ ਦਾ ਸਹਿ ਅਲੱਗ ਆ ਤਾਂ ਅਗੇਤਰ ਕੀ ਹੋ ਗਿਆ ਸਹਿ ਆਪਸ਼ਨ ਏ ਸੀ ਇੱਥੇ ਰਾਈਟ ਆਨਸਰ ਹੈ ਨੈਕਸਟ 29 ਦਾ ਵਿਰੋਧੀ ਸ਼ਬਦ ਹੈ ਹਾਂਜੀ 29 ਉਨਤੀ ਦਾ ਵਿਰੋਧੀ ਸ਼ਬਦ ਵਿਰੋਧੀ ਪੁੱਛਿਆ ਉਹਨਾਂ ਨੇ ਉਨਤੀ ਦਾ ਮਤਲਬ ਕੀ ਹੈ ਕਿਸੇ ਚੀਜ਼ ਨੂੰ ਅ ਕਿਸੇ ਚੀਜ਼ ਦੇ ਵਿੱਚ ਤਰੱਕੀ ਕਰਨੀ ਠੀਕ ਹੈ ਉਨਤੀ ਦਾ ਮਤਲਬ ਹੁੰਦਾ ਕਿਸੇ ਚੀਜ਼ ਦੀ ਤਰੱਕੀ ਕਰਨੀ ਵਿਕਾਸ ਵੱਲ ਜਾਣਾ ਤੇ ਉਹ ਦੂਸਰੇ ਪਾਸੇ ਇਹਦਾ ਵਿਰੋਧੀ ਹੁੰਦਾ ਪਤਨ ਕਿਸੇ ਚੀਜ਼ ਦਾ ਪਤਨ ਹੋ ਜਾਣਾ ਖਤਮ ਹੋ ਜਾਣਾ ਆਪਸ਼ਨ ਸੀ ਇੱਥੇ ਰਾਈਟ ਆਨਸਰ ਹੈ ਠੀਕ ਹੈ ਨੈਕਸਟ ਹੈ ਸਖਤ ਦਾ ਸਮਾਨਾਰਥੀ ਸ਼ਬਦ ਸਖਤ ਦਾ ਮਤਲਬ ਕੀ ਹੁੰਦਾ ਆਪਾਂ ਆਟਾ ਗੁੰਨਦੇ ਹਾਂ ਘਰ 'ਚ ਠੀਕ ਹੈ ਤਾਂ ਆਪਾਂ ਕੀ ਬੋਲਦੇ ਹਾਂ ਕਿ ਬਹੁਤ ਸਖਤ ਆ ਸਖਤ ਦਾ ਸਮਾਨਾਰਥੀ ਹੁੰਦਾ ਵਾ ਕਰੜਾ ਠੀਕ ਹੈ ਕਿ ਬਹੁਤ ਕੜੜਾ ਗੁੰਨੇ ਆ ਮਾ ਆਪਾਂ ਬੋਲਦੇ ਨਾ ਬਹੁਤ ਕੜੜਾ ਕਹਿੰਦਾ ਇਹ ਤਾਂ ਤਾਂ ਇੱਥੇ ਮੇਰੇ ਤੋਂ ਬਾਈ ਮਿਸਟੇਕ ਆਪਸ਼ਨ ਆ ਜਿਹੜੀ ਆਹ ਤੱਤਾ ਪੈ ਗਿਆ ਕਰੜਾ ਸੀਗਾ ਠੀਕ ਹੈ ਆਪਸ਼ਨ ਇਹ ਤੁਸੀਂ ਧਿਆਨ ਦੇ ਵਿੱਚ ਰੱਖਣੀ ਆ ਨੈਕਸਟ ਹੈ ਰੋਸ ਰੋਸ ਦਾ ਸਮਾਨਾਰਥੀ ਹੈ ਰੋਸ ਦਾ मीनिंग ਕੀ ਹੁੰਦਾ ਰੋਸ ਹੋਣਾ ਗੁੱਸੇ ਹੋਣਾ ਨਰਾਜ਼ ਹੋਣਾ ਠੀਕ ਹੈ ਕੀ ਆਪਸ਼ਨ ਸੀ ਇੱਥੇ ਰਾਈਟ ਆਨਸਰ ਹੈ ਨਰਾਜ਼ਗੀ ਨੈਕਸਟ ਹੈ ਅਨੋਖਾ ਸ਼ਬਦ ਦਾ ਵਿਰੋਧੀ ਸ਼ਬਦ ਹੈ ਹਾਂਜੀ ਅਨੋਖਾ ਅਨੋਖਾ ਮਤਲਬ ਯੂਨੀਕ ਅਲੱਗ-ਜਾਂ ਹੋਣਾ ਤੇ ਇਹਦਾ ਵਿਰੋਧੀ ਸ਼ਬਦ ਕੀ ਆ ਕਿਸੇ ਚੀਜ਼ ਦਾ ਸਧਾਰਨ ਹੋਣਾ ਆਪਸ਼ਨ ਨੰਬਰ ਏ ਇੱਥੇ ਰਾਈਟ ਆਨਸਰ ਹੈ ਨੈਕਸਟ ਹੈ ਊਠ ਦੇ ਮੂੰਹ ਜੀਰਾ ਦੇਣਾ ਹਾਂਜੀ ਮੁਹਾਵਰੇ ਦਾ ਅਰਥ ਦੱਸਣਾ ਤੁਸੀਂ ਊਠ ਦੇ ਮੂੰਹ ਜੀਰਾ ਦੇਣਾ ਮਤਲਬ ਕੀ ਆ ਲੋੜ ਨਾਲੋਂ ਘੱਟ ਹੋਣਾ ਲੋੜ ਨਾਲੋਂ ਘੱਟ ਹੋਣਾ ਮਤਲਬ ਊਠ ਦੇ ਮੂੰਹ ਜੀਰਾ ਦੇਣਾ ਆਪਸ਼ਨ ਨੰਬਰ ਬੀ ਇੱਥੇ ਰਾਈਟ ਆਨਸਰ ਹੈ ਠੀਕ ਹੈ ਇਹ ਤੁਸੀਂ ਧਿਆਨ ਨੈਕਸਟ ਹੈ ਬਿਨਾ ਸੋਚੇ ਸਮਝੇ ਕੋਈ ਕੰਮ ਕਰੇ ਤਾਂ ਵਰਤਿਆ ਜਾਂਦਾ ਹੈ ਹਾਂਜੀ ਜਦੋਂ ਕੋਈ ਬਿਨਾ ਸੋਚੇ ਸਮਝੇ ਕੰਮ ਕਰੇ ਤਾਂ ਉਥੇ ਵਰਤਿਆ ਜਾਂਦਾ ਕਿ ਅੰਨੇ ਖੂ ਵਿੱਚ ਛਾਲ ਮਾਰਨਾ ਆਪਸ਼ਨ ਨੰਬਰ ਸੀ ਇੱਥੇ ਰਾਈਟ ਆਨਸਰ ਹੈ ਹਾਂਜੀ ਨੈਕਸਟ ਹੈ ਘੜੀ ਦਾ ਖੁੰਝਿਆ ਸੌ ਜਾਂ ਪੈਂਦਾ ਹੈ ਹਾਂਜੀ ਘੜੀ ਦਾ ਖੁੰਝਿਆ ਸੌ ਕੋ ਪੈਂਦਾ ਏ ਆਪਸ਼ਨ ਨੰਬਰ ਏ ਇੱਥੇ ਰਾਈਟ ਆਨਸਰ ਹੈ ਠੀਕ ਹੈ ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ ਨੈਕਸਟ ਹੈ ਔਖਾ ਕੰਮ ਆਰੰਭ ਕਰਕੇ ਉਸ ਦੀਆਂ ਔਕੜਾਂ ਤੋਂ ਨਹੀਂ ਡਰਨਾ ਤਾਂ ਖਾਨ ਕਿਹੜਾ ਵਰਤਿਆ ਜਾਂਦਾ ਹਾਂਜੀ ਜਦੋਂ ਕੋਈ ਔਖਾ ਕੰਮ ਆਰੰਭ ਕੀਤਾ ਹੋਵੇ ਤੇ ਉਸ ਦੇ ਵਿੱਚ ਆਉਣ ਵਾਲੀਆਂ ਔਖੜਾਂ ਤੋਂ ਨਾ ਨਾ ਡਰਨ ਦੇ ਲਈ ਖਾਨ ਵਰਤਿਆ ਜਾਂਦਾ ਔਖਲੀ ਵਿੱਚ ਸੇਰ ਦਿੱਤਾ ਤਾਂ ਮੌਲਿਆਂ ਦਾ ਕੀ ਡਰ ਹਾਂਜੀ ਇੱਥੇ ਆਪਸ਼ਨ ਬਾਈ ਮਿਸਟੈਕ ਸੀ ਟਾਈਪ ਹੋਈ ਹੈ ਬੀ ਆਪਸ਼ਨ ਇੱਥੇ ਰਾਈਟ ਆਨਸਰ ਹੈ ਔਖਲੀ ਵਿੱਚ ਸੇਰ ਦਿੱਤਾ ਤਾਂ ਮੌਲਿਆਂ ਦਾ ਕੀ ਡਰ ਨੈਕਸਟ ਹੈ ਮਨੁੱਖੀ ਸਬੰਧਾਂ ਵਿੱਚ ਲਿੰਗ ਦਾ ਸਹੀ ਸਹੀ ਉਦਾਹਰਨ ਕਿਹੜੀ ਹੈ ਹਾਂਜੀ ਮਨੁੱਖੀ ਸਬੰਧਾਂ ਵਿੱਚ ਲਿੰਗ ਦੀ ਸਹੀ ਉਦਾਹਰਨ ਦੱਸਣੀ ਹੈ ਕਿਹੜੀ ਆ ਮਾਤਾ ਪਿਤਾ ਭੈਣ ਭਰਾ ਭਾਂਜਾ ਭਾਂਜੀ ਉਪਰੋਕਤ ਸਾਰੇ ਹੀ ਇਸ ਦਾ ਰਾਈਟ ਆਨਸਰ ਹੈ ਆਪਸ਼ਨ ਡੀ ਇੱਥੇ ਰਾਈਟ ਆਨਸਰ ਹੈ ਠੀਕ ਹੈ ਨੈਕਸਟ ਹੈ ਇਹਨਾਂ ਵਿੱਚੋਂ ਕਿਹੜਾ ਸ਼ਬਦ ਪੁਲਿੰਗ ਅਤੇ ਇਸਤਰੀ ਲਿੰਗ ਦੋਹਾਂ ਲਈ ਵਰਤਿਆ ਜਾਂਦਾ ਹਾਂਜੀ ਪੁਲਿੰਗ ਅਤੇ ਇਸਤਰੀ ਲਿੰਗ ਦੇਖੋ ਰਾਜੇ ਦਾ ਇਸਤਰੀ ਲਿੰਗ ਹੁੰਦਾ ਵਾ ਰਾਣੀ ਫਕੀਰ ਦਾ ਹੁੰਦਾ ਫਕੀਰਨੀ ਠੀਕ ਹੈ ਮੰਗੇਤਰ ਮੰਗੇਤਰ ਆ ਜਿਹੜਾ ਇਸਤਰੀ ਵੀ ਲਈ ਵੀ ਵਰਤਿਆ ਜਾਂਦਾ ਵਾ ਤੇ ਲੜਕੇ ਦੇ ਲਈ ਵੀ ਮਰਤੇ ਜਾਂਦਾ ਆਪਸ਼ਨ ਸੀ ਇੱਥੇ ਰਾਈਟ ਆਨਸਰ ਹੈ ਨੈਕਸਟ ਹੈ ਬਚਨ ਵਿੱਚ ਕਿੰਨੀਆਂ ਕਿਸਮਾਂ ਹੁੰਦੀਆਂ ਹਨ ਹਾਂਜੀ ਬਚਨ ਦੋ ਹੀ ਤਰ੍ਹਾਂ ਦੇ ਹੁੰਦੇ ਆ ਇੱਕ ਵਚਨ ਅਤੇ ਬਹੁਵਚਨ ਤਾਂ ਆਪਸ਼ਨ ਨੰਬਰ ਬੀ ਇੱਥੇ ਰਾਈਟ ਆਨਸਰ ਹੈ ਨੈਕਸਟ ਹੈ ਜਿਹੜੇ ਸ਼ਬਦਾਂ ਦਾ ਕੇਵਲ ਇੱਕ ਵਚਨ ਰੂਪ ਮਿਲਦਾ ਹੈ ਹਾਂਜੀ ਕਿਹੜੇ ਸ਼ਬਦਾਂ ਇਹਨਾਂ ਦੇ ਵਿੱਚੋਂ ਜਿਨ੍ਹਾਂ ਦਾ ਕੇਵਲ ਇੱਕ ਰੂਪ ਹੀ ਮਿਲਦਾ ਵਾ ਮਾਮਾ ਮਾਸੜ ਚਾਚਾ ਪੂਆ ਪੂਆ ਦਾ ਸਿਰਫ ਕੀ ਮਿਲਦਾ ਵਾ ਇੱਕ ਰੂਪ ਮਿਲਦਾ ਵਾ অপਸ਼ਨ ਨੰਬਰ ਡੀ ਇੱਥੇ ਰਾਈਟ ਆਨਸਰ ਹੈ ਮਾਮਾ ਮਾਸੜ ਤੇ ਚਾਚਾ ਠੀਕ ਹੈ ਇਹ ਸਾਰੇ ਤਿੰਨੋਂ ਕੀ ਹੋ ਗਏ ਕਿ ਉਹਨਾਂ ਨੇ ਇਹ ਪੁੱਛ ਲਿਆ ਕਿ ਕਿਹੜੇ ਸ਼ਬਦਾਂ ਦਾ ਕੇਵਲ ਇੱਕ ਵਚਨ ਰੂਪ ਮਿਲਦਾ ਹੈ ਤਾਂ ਇਹ ਕਿਹੜਾ ਮਿਲਦਾ ਵਾ ਪੂਆ ਮਿਲਦਾ ਵਾ ਠੀਕ ਹੈ ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ ਜਦੋਂ ਮਾਮਾ ਜਦੋਂ ਦੋ ਮਾਮੇ ਆਏ ਹੁਣ ਤਾਂ ਆਪਾਂ ਕੀ ਬੋਲਦੇ ਹਾਂ ਮਾਮੇ ਆਏ ਆ ਠੀਕ ਹੈ ਜਦੋਂ ਮਾਸੜ ਆਏ ਹੁਣ ਕਿ ਅੱਜ ਸਾਡੇ ਦੋਵੇਂ ਮਾਸੜ ਆਏ ਆ ਫਿਰ ਮਾਸੜ ਨੂੰ ਵੀ ਤਾਂ ਆਪਾਂ ਮਾਸੜੀ ਬੋਲਦੇ ਆ ਨਾ ਜਦੋਂ ਦੋ ਚਾਚੇ ਆਏ ਹੁਣ ਤਾਂ ਆਪਾਂ ਚਾਚੇ ਬੋਲਦੇ ਆ ਪਰ ਜਦੋਂ ਦੋ ਭੂਆ ਆਈਆਂ ਹੁਣ ਤਾਂ ਆਪਾਂ ਕੀ ਬੋਲਦੇ ਆ ਕਿ ਅੱਜ ਮੇਰੀਆਂ ਭੂਆ ਆਈਆਂ ਜ਼ਿਆਦਾਤਰ ਹੈ ਨਾ ਆਪਸ਼ਨ ਡੀ ਇੱਥੇ ਰਾਈਟ ਆਨਸਰ ਹੈ ਤੇ ਇੱਥੇ ਬੀ ਵੀ ਵੈਸੇ ਤਾਂ ਬਣ ਸਕਦਾ ਕਿਉਂਕਿ ਮਾਸੜ ਆਪਾਂ ਬੋਲਦੇ ਆ ਮਾਸੜੇ ਥੋੜੀ ਨਾ ਬੋਲਦੇ ਆ ਮਾਸੜੀ ਬੋਲਦੇ ਨੇ ਕਿ ਅੱਜ ਸਾਡੇ ਮਾਸੜ ਆਏ ਆ ਜੇ ਚਾਹੇ 1 ਕਾ ਜਾਂ ਚਾਹੇ 2 ਆਈ ਹੈ ਤਾਂ ਆਪਸ਼ਨ ਇਥੇ ਡੀ ਤੇ ਬੀ ਦੋਨਾਂ 'ਚ ਮੈਨੂੰ ਥੋੜਾ ਹੈ ਡਾਊਟ ਤੇ ਬਾਕੀ ਦੇਖਦੇ ਆਂ ਨੈਕਸਟ ਹੈ ਹਾਂਜੀ ਸ਼ੁੱਧ ਦੱਸੋ ਇਹਨਾਂ ਦੇ ਵਿੱਚੋਂ ਸ਼ੁੱਧ ਦੱਸਣਾ ਅਸੀਂ ਸਾਰੇ ਉਸ ਨੂੰ ਮਿਲਣ ਗਏ ਹਨ ਦੇਖੋ ਸੈਂਸ ਨਹੀਂ ਬਣ ਰਹੀ ਇੱਕ ਤਰ੍ਹਾਂ ਨਾਲ ਅਸੀਂ ਸਾਰੇ ਉਸ ਉਹਨੂੰ ਮਿਲਣ ਗਏ ਹਨ ਨਹੀਂ ਇਹ ਵੀ ਨਹੀਂ ਸੈਂਸ ਬਣ ਰਹੀ ਅਸੀਂ ਸਾਰੇ ਉਸ ਨੂੰ ਮਿਲਣ ਗਏ ਇੱਥੋਂ ਤੱਕ ਤਾਂ ਠੀਕ ਸੀ ਪਰ ਮਗਰ ਹਨ ਲਾ ਕੇ ਥੋੜਾ ਖਰਾਬ ਜਿਹਾ ਲੱਗਦਾ ਹੋ ਗਿਆ ਅਸੀਂ ਸਾਰੇ ਉਸ ਨੂੰ ਮਿਲਣ ਗਏ ਹਾਂ ਹਾਂਜੀ ਕਿਸੇ ਨੂੰ ਮਿਲਣ ਗਏ ਹੋਇਆ ਠੀਕ ਹੈ অপਸ਼ਨ ਸੀ ਇੱਥੇ ਰਾਈਟ ਆਨਸਰ ਹੈ ਅਸੀਂ ਸਾਰੇ ਉਹਨੂੰ ਮਿਲਣ ਗਏ ਸਨ ਤਾਂ ਇਹ ਮਤਲਬ ਕਿ ਪਾਸਟ ਦੇ ਵਿੱਚ ਗੱਲ ਹੋ ਗਈ ਹੈ ਪਰ ਅਸੀਂ ਸਾਰੇ ਉਹਨੂੰ ਮਿਲਣ ਗਏ ਹਾਂ ਅਸੀਂ ਸਾਰੇ ਉਸ ਨੂੰ ਮਿਲਣ ਗਏ ਸਨ ਕਦੋਂ ਮਿਲਣਗੇ ਸੀਗੇ ਕੁਝ ਕਲੀਅਰ ਨਹੀਂ ਹੋ ਰਿਹਾ ਤਾਂ ਆਪਸ਼ਨ ਸੀ ਹੀ ਇੱਥੇ ਰਾਈਟ ਆਨਸਰ ਹੈ ਨੈਕਸਟ ਦਾ ਸ਼ੁੱਧ ਦੱਸੋ ਹਾਂਜੀ ਜਦੋਂ ਮੈਂ ਦੇਖਦੀ ਆ ਤਾਂ ਮੈਨੂੰ ਪਤਾ ਲੱਗ ਰਿਹਾ ਕਿ ਉਹਨੇ ਸ਼ਾਂਤੀ ਪਾਉਣ ਦੀ ਕੋਸ਼ਿਸ਼ ਕੀਤੀ ਹੈ ਤਾਂ ਮੈਂ ਆਪਦੇ ਹਿਸਾਬ ਨਾਲ ਸ਼ਾਂਤੀ ਪਾਉਂਗੀ ਉਸ ਤੋਂ ਬਾਅਦ ਆਪਸ਼ਨ ਚ ਦੇਖੋਗੇ ਕਿਹੜੀ ਆਪਸ਼ਨ ਪਈ ਹੈ ਡੀ ਤਾਂ ਡੀ ਇੱਥੇ ਰਾਈਟ ਆਨਸਰ ਹੈ हां जी ਇਸ ਦੇ ਨਾਲ ਸਾਡੀ ਅੱਜ ਦੀ ਇਹ ਵੀਡੀਓ ਖਤਮ ਹੁੰਦੀ ਆ ਤੁਸੀਂ ਜ਼ਰੂਰ ਦੱਸਿਓ ਕਮੈਂਟ ਬਾਕਸ ਦੇ ਵਿੱਚ ਕਿ ਤੁਹਾਡੇ ਇਸ ਮੌਕ ਟੈਸਟ ਦੇ ਵਿੱਚੋਂ ਕਿੰਨੇ ਮਾਰਕਸ ਸਹੀ ਗਏ ਜਿਹੜੇ ਮੇਰੇ ਜਾਂ ਦੋ ਤਿੰਨ ਆਪਸ਼ਨਸ ਗਲਤ ਹੋਈਆਂ ਉਹਦੇ ਤੁਸੀਂ ਗ੍ਰੇਸ ਦੇ ਸਕਦੇ ਹੋ ਜੇਕਰ ਦੇਣਾ ਚਾਹੁੰਦੇ ਹੋ ਠੀਕ ਹੈ ਤੇ ਤੁਹਾਨੂੰ ਕੀ ਲੱਗ ਰਿਹਾ ਕਿ ਤੁਸੀਂ ਪੇਪਰ ਐਲੀਜੀਬਿਲਿਟੀ ਟੈਸਟ ਆ ਜਿਹੜਾ ਕਲੀਅਰ ਕਰ ਸਕਦੇ ਹੋ ਜੇਕਰ ਕਰ ਸਕਦੇ ਹੋ ਤਾਂ ਬਹੁਤ ਵਧੀਆ ਗੱਲ ਆ ਜੇਕਰ ਤੁਹਾਨੂੰ ਲੱਗ ਰਿਹਾ ਕਿ ਨਹੀਂ ਤੁਹਾਨੂੰ ਹਜੇ ਵੀ ਪ੍ਰੈਕਟਿਸ ਦੀ ਲੋੜ ਆ ਤਾਂ ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਣਾ ਤਾਂ ਜੋ ਮੈਂ ਤੁਹਾਡੀ ਰਿਵੀਜ਼ਨ ਕਲਾਸਾਂ ਦੁਬਾਰਾ ਸ਼ੁਰੂ ਕਰ ਸਕਾਂ ਤਾਂ ਹਾਂਜੀ ਇਸ ਦੇ ਨਾਲ ਸਾਡੀ ਅੱਜ ਦੀ ਇਹ ਵੀਡੀਓ ਖਤਮ ਹੁੰਦੀ ਹੈ। ਇਹ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਿਰਪਾ ਕਰਕੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸ ਦੇਣਾ। ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ। ਧੰਨਵਾਦ ਜੀ। ਥੈਂਕਸ ਫਾਰ ਵਾਚਿੰਗ।